सत भैणा तो बाद घर दे विच इक मुंडा पैदा हुंदा है ते घर दे बहुत रीझां चावां नाल ओह मुंडे नूं पालदे है पर जदों ओह मुंडे ते जवानी आउंदी है तां ओह मुंडा इक किन्नर नूं प्यार कर बैठदा है। घरदियां नूं मुंडा दसदा है कि मैं इक किन्नर दे नाल विआह करवाउणा है जिहदा नाम तमन्ना है। बहुत मैनूं तसीहे दित्ते गए कारण इह सी कि किसी ना किसी तरीके नाल इह किन्नर दा खेड़ा छड़ दे। हाँ जी जिमीदार परिवार सीगा बहुत तकड़े घरों सीगा। तुसीं हाँ जी दिल दे विच गल बजदी है कि इक इहो जिहा टाइम आ जांदा भी चलो इन्हां नूं तू दिल दी गल कह के देखिए। फिर इन्हां कोल ना मैं गल शेयर करी भी ऐं करके जे मैं थोनू पाउणा चाहुणा गा मैं जे मैं थोड़े नाल रहिण लग जां। फिर जब फोन ते गल करदे सीगे इन्हां नूं ना बई जी मैं दसता सीगा भी ऐं करके मैं तक जिमीदार परिवार चों ब्लॉक कर दांगा भी ऐं करके तकड़े घरों आवांगा भी मैं थोड़े बिना रह नहीं सकदा मैं इहनूं कहता। फिर एक मर्द होंदा एक औरत होंदी आ भी साडा जिहड़ा किन्नर समाज होंदा गा भी उह विचकार होंदा गा ना उह उधर होंदा ना उधर होंदा गा गलत लै रहा फैसला भी तू ना कर ਅਤੇ ਇਹਨਾਂ ਨੂੰ ਮੈਂ ਘਰ ਲੈ ਜਾਂਦਾ ਆਪਣੇ ਘਰਦਿਆਂ ਨੂੰ ਭਿਣਕ ਵੀ ਨਹੀਂ ਹੁੰਦੀ ਵੀ ਮੁੰਡਾ ਕੀ ਕਰਦਾ ਸਾਡਾ। ਜਦ ਘਰ ਲੈ ਜਾਂਦਾ ਮੈਂ ਮੰਮੀ ਵਧੀਆ ਚਾਹ ਪਾਣੀ ਪੁੱਛਦੀ ਇਹਨਾਂ ਨੂੰ ਵੀ ਮੈਨੂੰ ਵੀ ਫਿਰ ਪੁੱਛਦੇ ਨੇ ਮੈਨੂੰ ਵੀ ਕੌਣ ਆ ਵੀ ਅਸੀਂ ਗੱਲਾਂ ਕਰਦੇ ਰਹੇ ਸੀਗੇ ਵੀ ਹੁਣ ਇਹਨਾਂ ਨੂੰ ਮੈਂ ਅਪਣਾਉਣਾ ਚਾਹੁੰਦਾਗਾ ਆਪਣੀ ਜ਼ਿੰਦਗੀ 'ਚ। ਭਰਜਾਈਆਂ ਮੇਰੀਆਂ ਕਹਿੰਦੀਆਂ ਨੇ ਮੇਰੀ ਮੰਮੀ ਕਹਿੰਦੀ ਆ ਕਿ ਵੀ ਇੰਨੇ ਤਕੜੇ ਘਰ ਦਾ ਮੁੰਡਾ ਤੈਨੂੰ ਗੱਡੀਆਂ ਨਾਲ ਰਸਤੇ ਹੋਣਗੇ ਠੀਕ ਆ ਵੀ ਕਿਹੜਾ ਕੁੜੀਆਂ ਮੁੱਕ ਗਈਆਂ ਤੂੰ ਇੱਕ ਕਿੰਨਰ ਨਾਲ ਵੀ ਰਹਿਣਾ ਚਾਹੁੰਦਾ ਗਾ ਵੀ ਇਹ ਕਿਹੜਾ ਪਿਆਰ ਹੋਇਆ ਵੀ ਤੂੰ ਪਿਆਰ ਕਰਿਆ ਤੇ ਉਹ ਵੀ ਕੈਸਾ ਕਰਿਆ ਗਾ। ਫਿਰ ਮੇਰੀ ਮੰਮੀ ਜਦ ਉਹਨੂੰ ਪਤਾ ਲੱਗ ਗਿਆ ਨਾ ਪੂਰੇ ਪ੍ਰੋਪਰ 'ਚ ਵੀ ਇਹ ਇਹਨੂੰ ਨਹੀਂ ਛੱਡ ਸਕਦਾ ਫਿਰ ਨਾ ਮੇਰੀ ਮੰਮੀ ਫੋਨ ਕਰਦੀ ਹੈ ਕਿ ਸਾਡੇ ਰਿਸ਼ਤੇਦਾਰਾਂ ਨੂੰ ਪੁੱਛਣ ਵੀ ਇਹ ਘਰ ਆਇਆ ਵੀ ਇੱਕ ਕਿੰਨਰ ਨੂੰ ਲੈ ਕੇ ਆਇਆ ਗਾ ਵੀ ਜਿਹਦੇ ਨਾਲ ਗੱਲਾਂ ਕਰਦਾ ਹੁੰਦਾ ਸੀਗਾ ਇਹ ਵੀ ਉਹ ਆ ਗਈ ਹੋਈ ਆ ਹੁਣ। ਮੇਰੀ ਮੰਮੀ ਮੈਨੂੰ ਕਹਿੰਦੀ ਸੀ ਤੂੰ ਵਗ ਜਾ ਛੇਤੀ ਵਗ ਜਾਓ ਤੁਸੀਂ ਵੀ ਕੋਈ ਆਉਣਾ ਜਾਵੇ ਹਾਂ ਵੀ ਤੁਸੀਂ ਛੇਤੀ ਵਗ ਜਾਓ ਚਲੋ। ਮੇਰੀ ਮੰਮੀ ਨੂੰ ਐਂ ਪਤਾ ਸੀ ਵੀ ਇਹਨੂੰ ਕਿਤੇ ਚੁਕਾਉਣਗੇ ਗਲਤ ਥਾਵੇਂ ਕਰਨਗੇ ਵੀ ਰਿਸ਼ਤੇਦਾਰ ਜਦ ਅਸੀਂ ਨਾ ਜਾਣ ਲੱਗਦੇ ਹਾਂ ਘਰ ਦੇ ਵਿੱਚੋਂ ਨਿਕਲਦੇ ਹਾਂ ਬਾਹਰੋਂ ਕਿ ਗੱਡੀ ਆਉਂਦੀ ਹੈਗੀ ਉਹਦੇ ਵਿੱਚ ਚਾਰ ਪੰਜ ਜਾਣੇ ਹੁੰਦੇ ਨੇ ਨਹੀਂ ਜਾਣ ਪਹਿਚਾਣ ਨਹੀਂ ਹੁੰਦੇ ਉਹ ਆ ਕੇ ਮੇਰੀ ਬਾਂਹ ਫੜ ਲੈਂਦੇ ਨੇ ਜਦ ਮੈਨੂੰ ਕਹਿੰਦੇ ਸੀ ਆਈ ਸਟਾਫ 'ਚੋਂ ਆਉਂਗੇ ਕੁਛ ਨਹੀਂ ਬੋਲਦੇ ਹੈਗੇ ਸਾਡੇ ਘਰਦਿਆਂ ਤੋਂ ਸਾਈਨ ਕਰਾਉਂਦੇ ਨੇ ਕਾਗਜ਼ 'ਤੇ ਉਹ ਕੋਈ ਹੁੰਦਾ ਹੋਊਗਾ ਉਹਨਾਂ ਦਾ ਸਾਈਨ ਕਰਾ ਕੇ ਨਾ ਮੈਨੂੰ ਲੈ ਜਾ ਗੱਡੀ 'ਚ ਬਿਠਾਉਂਦੇ ਨੇ ਗੱਡੀ 'ਚ ਬਿਠਾ ਕੇ ਮੈਨੂੰ ਲੈ ਜਾਂਦੇ ਨੇ ਇਹ ਹਾਂ ਇਹ ਭਾਵਕ ਹੁੰਦੀ ਆ ਕਿ ਵਿਚਾਰੀ ਰੋਂਦੇ ਵੀ ਕਿੱਧਰ ਲੈ ਗਏ ਇਹਨਾਂ ਨੇ ਮੇਰੀ ਮੰਮੀ ਕਹਿੰਦੀ ਆ ਵੀ ਤੂੰ ਵਗ ਜਾ ਲੈ ਜਾਂਦੇ ਨੇ ਜਦ ਮੈਨੂੰ ਨਾ ਰਸਤੇ ਵਿੱਚ ਲੈ ਜਾਂਦੇ ਨੇ ਮੈਨੂੰ ਦੜਬੇ ਕੋਲ ਜਾ ਕੇ ਪਤਾ ਲੱਗਦਾ ਪਹਿਲਾਂ ਮੈਨੂੰ ਕਹਿੰਦੇ ਸੀ ਸੀ ਆਈ ਸਟਾਫ 'ਚੋਂ ਆ ਫਿਰ ਮੇਰੇ ਕੋਲ ਫੋਨ ਹੁੰਦਾ ਗਾ ਇਹਨਾਂ ਦੀਆਂ ਫੋਟੋਆਂ ਮੇਰੇ ਪਰਸ ਦੇ ਵਿੱਚ ਹੁੰਦੀਆਂ ਨੇ ਉਹ ਵੀ ਕੱਢ ਲੈਂਦੇ ਨੇ ਮੇਰਾ ਫੋਨ ਕੱਢ ਲੈਂਦੇ ਨੇ ਸਾਰਾ ਮੈਨੂੰ ਤਲਾਸੀ ਕਰਕੇ ਮੇਰੀ ਚਲੋ ਮੈਨੂੰ ਉੱਥੇ ਲੈ ਜਾਂਦੇ ਨੇ। ਕੀ ਹੁੰਦਾ ਉਹ ਇੱਕ ਨਸ਼ਾ ਛੁਡਾਊ ਕੇਂਦਰ ਹੁੰਦਾ ਜਿੱਥੋਂ ਸਾਡਾ ਸਟਕਾਰਾ ਪੈ ਸਕੇ ਬਈ ਘਰੋਂ ਹੀ ਜਾਂਦਾ ਸੀ ਇਹਨਾਂ ਨੂੰ ਮੈਂ ਯਾਦ ਕਰ ਕਰ ਬਈ ਸਾਡਾ ਇੰਨਾ ਵਧੀਆ ਪਿਆਰ ਹੋਣ ਲੱਗਿਆ ਸੀਗਾ ਹੁਣ ਠੀਕ ਆ ਹੁਣ ਆਹ ਕਿਹੜੀ ਜ਼ਿੰਦਗੀ ਮੈਨੂੰ ਦੁਬਾਰੇ ਦੇਤੀ। 20 ਦਿਨ ਬੀਤ ਜਾਂਦੇ ਨੇ ਉੱਥੇ ਲੇਡੀਜ਼ ਆਉਂਦੀਆਂ ਨੇ ਸਫਾਈ ਕਰਨ ਵਾਲੀਆਂ ਜੋ ਰੱਖੀਆਂ ਹੁੰਦੀਆਂ ਪੋਚਾ ਲਾਉਣ ਝਾੜੂ ਪੋਚੇ 'ਤੇ ਵਿਚਾਰੀਆਂ ਬੀਬੀਆਂ ਰੱਖੀਆਂ ਹੁੰਦੀਆਂ ਉਹ ਆਉਂਦੀਆਂ ਨੇ ਉਹ ਇੱਕ ਨਾ ਚੁੰਨੀ ਭੁੱਲ ਜਾਂਦੇ ਨੇ ਫਿਰ ਮੈਂ ਹੌਲੀ ਕੁ ਦਿਨੇ ਚੁੰਨੀ ਚੱਕ ਦਾਂਗਾ ਚੱਕ ਕੇ ਨਾ ਆਪਣੇ ਜਿੱਥੇ ਪਿਆ ਹੁੰਦਾ ਮੈਂ ਉਹਦੇ ਨੀਚੇ ਰੱਖ ਲੈਂਦਾ ਗਾ। ਅੱਛਾ ਮੈਨੂੰ ਪਤਾ ਹੁੰਦਾ ਵੀ ਜਦ ਇਹ ਖਾਣਾ ਖਾਣ ਸਾਰੇ ਬਾਹਰੇ ਜਾਣਗੇ ਗੈਲਰੀ 'ਚ ਬੈਠਣਗੇ ਬਈ ਮੈਂ ਉਦੋਂ ਕੁਛ ਨਾ ਕੁਛ ਕਰੂੰਗਾ ਚਲੋ ਉਹ ਖਾਣਾ ਖਾਣ ਸਾਰੇ ਕਮਰੇ 'ਚੋਂ ਬਾਹਰ ਹੋ ਜਾਂਦੇ ਨੇ ਮੈਂ ਪਿਆ ਉੱਠ ਖੜਦਾਂਗਾ ਉੱਠ ਕੇ ਮੈਂ ਪੱਖੇ ਨਾਲ ਪਾ ਕੇ ਨਾ ਥੱਲੇ ਬੈਂਚ ਲਾ ਕੇ ਗਲ ਵਿੱਚ ਪਾ ਲੈਂਦਾ ਆਪਣੇ ਜਦੋਂ ਮੈਂ ਗਲ ਦੇ ਵਿੱਚ ਪਾ ਕੇ ਉਹ ਬੈਂਚ ਕੱਢਣ ਲੱਗਦਾਂਗਾ ਫਿਰ ਜਿਹੜਾ ਉਹਨਾਂ ਦਾ ਰੱਖੇ ਹੁੰਦੇ ਨੇ ਕਿ ਮੂਹਰੇ ਦੇਖਣ ਨੂੰ ਨਿਗਾਹਸਾਨੀ 'ਤੇ ਉਹ ਮੇਰੀਆਂ ਆ ਕੇ ਬਈ ਲੱਤਾਂ ਫੜ ਲੈਂਦਾ ਗਾ ਮੈਨੂੰ ਥੱਲੇ ਲਾਹ ਲੈਂਦਾ ਗਾ ਉਹ ਫਿਰ ਇੱਕ ਜੋ ਬੱਲਾ ਹੁੰਦਾ ਜਿਹੜਾ ਖੇਲਣ ਵਾਲਾ ਬੱਲਾ ਹੁੰਦਾ ਗਾ ਮੈਨੂੰ ਥੱਲੇ ਲਾਹ ਕੇ ਨਾ ਉੱਥੋਂ ਫਿਰ ਬੱਲਾ ਜਿਹੜਾ ਹੁੰਦਾ ਗਾ ਉਹ ਮੇਰੀ ਢੂਹੀ 'ਚ ਮਾਰਦੇ ਨੇ ਬਹੁਤ ਮੇਰੀ ਕੁੱਟਮਾਰ ਕਰਦੇ ਨੇ ਫਿਰ ਮੈਨੂੰ ਬਾਹਰੇ ਲੈ ਜਾਂਦੇ ਨੇ ਤੁਸੀਂ ਮੈਨੂੰ ਮੇਰੇ ਪਿਆਰ ਦੀ ਸਜ਼ਾ ਬਸ ਐਡੀ ਕੁ ਦਿੱਤੀ ਇੱਕ ਵੀ ਅਸੀਂ ਕੋਈ ਚੋਰੀ ਨਹੀਂ ਕਰਿਆ ਕੋਈ ਡਾਕਾ ਨਹੀਂ ਕਰ ਮਾਰਿਆ ਅਸੀਂ ਵੀ ਮੈਨੂੰ ਪਿਆਰ ਦੀ ਸਜ਼ਾ ਇੰਨੀ ਗੰਦੀ ਦਿੱਤੀ ਆ ਤੁਸੀਂ ਬਈ ਇਹਨੇ ਮੁੰਡੇ ਨੇ ਤੁਹਾਡੇ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰੀ ਸੀ ਵੀ ਇਹਨੂੰ ਤੁਸੀਂ ਲੈ ਜਾਓ ਇੱਥੋਂ ਵੀ ਜੇ ਮਰ ਗਿਆ ਤੁਸੀਂ ਫਿਰ ਵੀ ਲੈ ਕੇ ਜਾਓਗੇ ਇਹਨੂੰ ਤੈਨੂੰ ਅਸੀਂ ਹੁਣ ਪਿੰਡ ਦੂਸਰੇ ਦਿਨ ਪਿੰਡ ਲੈ ਕੇ ਜਾਵਾਂਗੇ ਤੇਰੇ ਤੂੰ ਪਿੰਡ ਜਾ ਕੇ ਇਹ ਗੱਲ ਕਹਿਣੀ ਆ ਵੀ ਮੈਂ ਬਾਹਰੇ ਵਗ ਗਿਆ ਸੀਗਾ ਤੂੰ ਐਂ ਕਹਿਣਾ ਵੀ ਮੈਂ ਬਾਹਰੇ ਵਗ ਗਿਆ ਸੀ ਟੂਰਿਸਟ ਵੀਜ਼ੇ 'ਤੇ ਵੀ ਮੈਨੂੰ ਘਰ ਦੇ ਬਾਹਰ ਭੇਜਤਾ ਸੀਗਾ ਮੈਨੂੰ ਮੇਰੇ ਘਰਦਿਆਂ ਨੇ ਮੇਰੇ ਡੈਡੀ ਨੇ ਮੈਨੂੰ ਇਹ ਗੱਲ ਵੀ ਕਹਿਤੀ ਸੀਗੀ ਵੀ ਤੂੰ ਕੋਈ ਗੱਲ ਨਹੀਂ ਤੂੰ ਰਹਿਣਾ ਰਹੀ ਚੱਲ ਵੀ ਤੁਹਾਨੂੰ ਛੱਡਦਾ ਨਹੀਂ ਹੈਗਾ ਮੈਂ ਵੀ ਤੁਹਾਨੂੰ ਮਾਰ ਦੂੰਗਾ ਮੈਂ ਵੀ ਤੂੰ ਸਾਡੀ ਬਦਨਾਮੀ ਕਰਾਈ ਆਏ ਵੀ ਹਜੇ ਵੀ ਨਹੀਂ ਤੂੰ ਛੱਡਦਾ ਜਿਹੜਾ
मैं उन्होंने कहता से भी कोई गल नहीं मार दौ, मारना भी मार दौ कोई गल नहीं, पर मारोंगे सानू कट्ठे नू मारियो, कल्ले कल्ले नू ना मारियो, भी लाशां दो ते कवर एक होवे सानू मारना मार दौ कोई गल नहीं। एरन रेडी ने फोन करते होंगे सके कहते सू मिल गया थोड़े दो टुट कर देंगे ब्याह तो पहला कहते होंगे पहला कहते होंगे सके फिर उदू बाद जब करा लिया फिर उदू बाद मैंने ये गल कही भी सूँ असी कोई गल नहीं तुम रहने रही चलो भी सू मैं किसी दिन खत्म कर देंगे सू कहते एक बार टिकाणा दस दो कितने रहने कहते दो टुट करके थोड़े बकर बकर नहर च कर देंगे रिश्तेदार फोन करते इन्होंने सगीरी वाले कि तमन्ना से तेने पैसे दे देने दो लख लै ला ढाई लख लै ला तेन जगह दवा देने क्या ब्याह वास्ते राजी कर भी मैं अज तो उन्हों तो लख लै लें दो लख मैं लैके बिठा देंगे ने भी फिर मैं पैसे जब मैं आपका घर वाली तेन उन्होंने देता भी मैं आपका प्यार ही छिड़ता मैं प्यार थोड़ी बेचूंगी पैसों खातर भी मैं प्लाट की करने मैं पैसे की करने गे जब मैं अपना प्यार ही बेचता उन्होंने ये मुड़ के जवाब देंदे भी मैं पैसा नहीं चाहिए मैं कुछ नहीं चाहिए मेरे को जोड़ा कुछ है मेरे को दौलत सब कुछ मेरा तो यही है फिर उदू बाद मैं भी इनू कह दिना बस हूँ अज तो बाद यही मेरा माँ यही प्यो आ यही मेरे घर वाली आ सारा कुछ यही है गी जब दिलबर ने घरों लांघ पट्टी से तो पट्ट ली हूँ पिछे मुड़ के नहीं देखता कि मैं जब मैं प्रोग्राम चलानी हाँ घर मैं खाण मंगू पैदा जी कल घर जी नहीं लगता जी मेरा मैं चाहनी हाँ कि एक मैंने जवाक गोद मिल जाए जी मेरा जी लगे रहे जी जवाक ना चल जी लगे रहूगा माँ मैं भी कोई माँ कवे नहीं प्यो कवे तेन मैं साथ नहीं छड़ता कोई गल नहीं सानू जसमां दा प्यार नहीं गा साडा ओह रूहना प्यार हैगा साडा रब ने मिलाया प्यार सानू जसमां दा मैनू कोई इहदा रब रिश्ते करदा जी ठीक है इहदा दिल मेरा मिल गया ना मेरा मिल गया इहदा रब ने सानू इकट्ठा किया जी जिन्ना इहदे नाल मैं खुश हाँ मैं जिंदगी च होर किसी नाल मैं खुश नहीं रह सकदा सीगा ठीक है सब मैनू होर किसी की लोड़ नहीं हैगी ना मैनू किसी लेडीज की लोड़ आ ठीक है वह आपके घर राजी हाँ असी अपने आप के घर राजी हाँ जी सत श्री अकाल तुसीं देख रहे हो घंट पंजाबी अज एक बहुत वक्री कहानी दिखाउण लगे हाँ सत भैणां तों बाद घर दे विच इक मुंडा पैदा हुंदा ते घर दे बहुत त्रीजां चावां नाल ओह मुंडे नूं पालदे आ पर जदों ओह मुंडे ते जवानी आउंदी है तां ओह मुंडा इक किन्नर नूं प्यार कर बैठदा है घरदिआं नूं मुंडा दसदा है कि मैं इक किन्नर दे नाल विआह करवाउणा है जिहदा नाम तमन्ना है तां घर दे बहुत सारा मुंडे नूं ओह कुछ कहिंदे आ ओह कहिंदे आ कि साडा नाम तूं मिट्टी दे विच मिलाता ते घर दे ओह मुंडे तों दूर हो जांदे आ बाई होरी इह गल वी दसदे आ कि मेरे घरदिआं ने मैनूं नशा छड़ाऊ केंद्र दे विच चका दित्ता कारण ये सी कि ये सुधरे पर उत्थे मेरी को बहुत बुरे तरीके नाल कुटमार भी हुई बहुत मैनू तसीहे दिते गए कारण ये सी कि किसी ना किसी तरीके नाल ये किन्नर दा खेड़ा छड़ दे पर बाई होरी अज तो 8 साल पहला तमन्ना नाम दे उह किन्नर दे नाल विआह करवा लैंदे आ घर दे रिश्ते नाते सारे टुट जांदे आ पिछे दी की सारी कहानी रहिंदी है घर दे तक भी कह दिंदे आ दुनिया ते होर किहड़ा कुड़ियां मुक गईआं कि तूं इक किन्नर दे नाल विआह करवा लिया अज मेरे नाल तमन्ना ते दिलबर मौजूद ने किवें उन्हां नूं इक दूजे दे नाल प्यार हुंदा है ते अग्गे दी उन्हां दी जिंदगी किवें दी बीत रही है जां इस वक्त उन्हां दी जिंदगी किवें दी चल रही है सारी गल्लबात उन्हां दी जिंदगी दी कहानी ते करांगे मेरे नाल तमन्ना ते बाई दिलबर होरी मौजूद ने बाई बहुत बहुत स्वागत है बहुत बहुत स्वागत है पहलां तां घंट पंजाबी दा घंट पंजाबी दा सारे दर्शकां नूं देखण वालों नूं बहुत बहुत स्वागत साडे वल्लों दूर नेड़े बैठे होयां नूं पूरी तरह मुंडे हो ना पूरी तरह कुड़ी हो ते की ओ सारा मौका हुंदा किन्ने साल दी उम्र हुंदी है मैं ना उदो जी स्कूल पढ़दे हुंदे 8वीं क्लास च जी जब मैं स्कूल पढ़ते होंगे ना मैंने वॉशरूम का जोर पैंता सी जब मैं वॉशरूम करन जाते उतो लड़के खड़े से खड़ के बाथरूम कर रहे थे मैंने ना वॉशरूम का बड़ा जोर पिया मैंने बाथरूम आ रहा मैंने ऐसे लड़के ज्यादा जान मैं वॉशरूम करा क्योंकि मैंने तो बह के वॉशरूम आंदा सी खड़ के मैंने बाथरूम आंदा नहीं मैंने ना तो महसूस होने लग गया मेरे अंदरों कि जो मेरे अंदरों कोई कोई चीज़ आ ज
ਜਿਵੇਂ ਕੋੜੀਆਂ ਦੇ ਫੀਲਿੰਗ ਹੁੰਦੀ ਆ ਤੇ ਕੋੜੀਆਂ ਦੇ ਲੱਛਣ ਨੇ ਉਹ ਤੇ ਮੈਨੂੰ ਮਹਿਸੂਸ ਹੋਣ ਲੱਗ ਗਿਆ ਸੀਗਾ। ਅੱਛਾ 8 ਸਾਲ ਦੀ ਉਮਰ। ਹਾਂਜੀ ਤੁਸੀਂ ਇਹ ਗੱਲ ਵੀ ਦੱਸਦੇ ਹੋ ਕਿ ਮੈਂ ਆਪਣੀ ਮੰਮੀ ਨਾਲ ਵੀ ਆ ਕੇ ਗੱਲ ਕਰਦੀ ਹਾਂ। ਹਾਂਜੀ ਜਦ ਮੈਂ ਸਕੂਲੋਂ ਘਰ ਆਉਂਦੀ ਹਾਂ ਪੜ੍ਹ ਕੇ ਮੰਮੀ ਨਾਲ ਮੈਂ ਆਪਣੀ ਗੱਲ ਸ਼ੇਅਰ ਕਰਦੀ ਹਾਂ। ਮੰਮੀ ਨੇ ਪੁੱਛਦੀ ਹਾਂ ਮੰਮੀ ਜੇ ਮੈਨੂੰ ਬਾਥਰੂਮ ਜ਼ੋਰ ਪੈਂਦਾ ਕਿ ਮੈਨੂੰ ਬਾਥਰੂਮ ਖੜ ਕੇ ਕਿਉਂ ਨਹੀਂ ਆਉਂਦਾ ਕਿ ਮੁੰਡੇ ਦਾ ਖੜ ਕੇ ਬਾਥਰੂਮ ਕਰ ਰਹੇ ਸੀ ਮੈਨੂੰ ਬਹਿ ਕੇ ਕਿਉਂ ਆਉਂਦਾ। ਫਿਰ ਮੇਰੀ ਮੰਮੀ ਮੈਨੂੰ ਪੜਦੇ 'ਚ ਲੈ ਜਾਂਦੀ ਆ ਡੈਡੀ ਸਾਹਮਣੇ ਤਾਂ ਦੱਸਦੀ ਨਹੀਂ। ਮੰਮੀ ਨੇ ਪੜਦੇ 'ਚ ਦੱਸਦੀ ਹੈ ਕਿ ਤੂੰ ਨਾ ਕੁੜੀਆਂ 'ਚ ਆ ਮਹੰਤਾਂ 'ਚ ਆ ਕਿ ਤਾਂ ਤੈਨੂੰ ਬਹਿ ਕੇ ਬਾਥਰੂਮ ਨੂੰ ਆਉਂਦਾ। ਅੱਛਾ ਹਾਂਜੀ ਤਾਂ ਜਾਣੀ ਪਰਿਵਾਰ ਨੂੰ ਤੁਹਾਡੇ ਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਤੁਸੀਂ ਇੱਕ ਕਿੰਨਰ ਹੋ। ਹਾਂਜੀ ਹਾਂ। ਪਰਿਵਾਰ ਦੇ ਵਿੱਚ ਹੋਰ ਕੌਣ ਕੌਣ ਸੀ ਤੁਹਾਡੇ ਉਸ ਵਕਤ? ਭੈਣ ਭਰਾ ਕੋਈ ਹੈਗਾ ਸੀ? ਅਸੀਂ ਦੋ ਬ੍ਰਦਰ ਸੀ ਜੀ ਇੱਕ ਸਿਸਟਰ ਸੀਗੇ ਤਿੰਨ ਸੀਗੇ। ਤਿੰਨ ਜਣੇ ਸੀ। ਹਾਂਜੀ। ਅੱਛਾ ਅਤੇ ਕਿੰਨੇ ਸਾਲ ਦੀ ਉਮਰ 'ਚ ਤੁਹਾਨੂੰ ਕਿੰਨਰ ਨਾਲ ਆਪਣੇ ਲੈ ਆਉਂਦੇ ਆ? ਮੈਂ ਨਾ ਉਦੋਂ ਕਿੰਨਰ ਸਮਾਜ ਨੂੰ ਤਾਂ ਪਤਾ ਲੱਗ ਗਿਆ ਸੀ 10 ਸਾਲ ਦੀ ਉਮਰ 'ਚ। ਅੱਛਾ ਕਿੰਨੇ ਸਮਾਜ ਮੈਨੇ 15 ਸਾਲ ਦੀ ਉਮਰ 'ਚ ਲੈ ਜਾਂਦੇ ਨੇ। ਅੱਛਾ 15 ਸਾਲ ਦੀ ਉਮਰ 'ਚ ਤੁਹਾਨੂੰ ਲੈ ਆਉਂਦੇ? ਹਾਂਜੀ। ਅੱਛਾ ਅਤੇ ਘਰਦੇ ਨੇ ਸੁਖੀ ਖਿੜੇ ਮੱਥੀ ਭੇਜਦਾ ਸੀ ਉਹਨਾਂ ਨਾਲ? ਉਹ ਭੇਜਣਾ ਨਹੀਂ ਚਾਹੁੰਦੇ ਸੀਗੇ। ਫਿਰ ਨਾ ਜਦੋਂ ਜਿੱਥੇ ਅਸੀਂ ਰਹਿੰਦੇ ਸੀਗੇ ਮਹੱਲੇਦਾਰੀ 'ਚ ਲੋਕ ਨਾ ਹੋਰ ਤਰ੍ਹਾਂ ਦੇਖਦੇ ਸੀਗੇ ਤੁਹਾਨੂੰ। ਹਾਂਜੀ ਕਿ ਮੁੰਡਾ ਕਿ ਕੁੜੀ ਕੀ ਚੀਜ਼ ਆ ਇਹ, ਕਦੇ ਕੀ ਕਹਿੰਦੇ ਸੀ ਕਿ ਇਹ ਤਾਂ ਇਹ ਚੀਜ਼ ਆ ਕਦੇ ਉਹ ਚੀਜ਼ ਆ। ਜਦੋਂ ਉਹ ਕਹਿੰਦੇ ਸੀ ਮੈਨੂੰ ਤਾਂ ਦੁੱਖ ਲੱਗਦਾ ਸੀ। ਕੋਈ ਨਾਮ? ਕਹਿੰਦੇ ਤਾਂ ਡਾਂਸਰ ਲੱਗਦਾ ਇਹ ਆ, ਕੁੜੀਆਂ ਦੇ ਲੱਛਣ ਫੜੇ ਨੇ ਇਹਨੇ ਕਿ ਪ੍ਰੋਗਰਾਮ 'ਤੇ ਜਾਣ ਲੱਗ ਗਿਆ ਹੁਣ, ਕਿ ਜਦ ਇਹਨੇ ਪੜ੍ਹਾਈ ਛੱਡੀ ਕਿ ਪ੍ਰੋਗਰਾਮ 'ਚ ਜਾਣ ਲੱਗਿਆ ਹੈ ਬਾਹਰ, ਬਥੇਰਾ ਕੁਛ ਕਹਿੰਦੇ ਸੀਗੇ। ਅੱਛਾ ਅਤੇ ਫਿਰ ਪਰਿਵਾਰ ਨੇ ਕਦੋਂ ਫੈਸਲਾ ਲੈ ਲਿਆ ਕਿ ਇਹ ਕਿੰਨਰਾਂ ਨੂੰ ਦੇ ਦੇਣੇ ਆ ਤੁਹਾਨੂੰ? ਫਿਰ ਜਦੋਂ ਮਹੱਲੇ ਵਾਲੇ ਕਹਿਣ ਲੱਗ ਗਏ ਜੀ, ਸਮਾਜ ਮੈਨੂੰ ਕਹਿਣ ਲੱਗ ਗਿਆ ਕਿ ਇਹਦੇ 'ਚ ਕੁੜੀਆਂ ਲੱਛਣ, ਇਹਨੇ ਤੁਸੀਂ ਕਿੰਨਰ ਸਮਾਜ 'ਚ ਭੇਜ ਦਿਓ। ਮੈਂ ਮੰਮੀ ਨੇ ਬਥੇਰਾ ਜ਼ੋਰ ਲੱਗੇ ਮੈਂ ਨਹੀਂ ਜਾਣਾ ਚਾਹੁੰਦੀ। ਫਿਰ ਮੰਮੀ ਕਹਿੰਦੇ ਰਿਸ਼ਤੇਦਾਰ ਵੀ ਬੁਰਾ ਮੰਨਦੇ ਨੇ ਕਿ ਤੈਨੂੰ ਉੱਥੇ ਤੇਰੀ ਲਾਈਫ ਉੱਥੇ ਟਾਈਮ ਲੰਘੂਗਾ। ਫਿਰ ਜਦ ਮੰਮੀ ਨੇ ਮੈਂ ਗੱਲ ਸ਼ੇਅਰ ਕਰਦੀ ਹਾਂ ਫਿਰ ਮੈਨੂੰ ਕਿੰਨਰ ਸਮਾਜ 'ਚ ਭੇਜ ਦਿੰਦੇ ਨੇ, ਕਿੰਨਰ ਆ ਕੇ ਮੈਨੂੰ ਲੈ ਜਾਂਦੇ ਨੇ। ਅੱਛਾ ਅਤੇ ਤੁਹਾਡਾ ਮੇਲ ਹੁੰਦਾ ਹੈ ਨਾ, ਤੁਸੀਂ ਡੇਰੇ ਦੇ ਵਿੱਚ ਆਉਂਦੇ ਹੋ? ਹਾਂਜੀ। ਅਤੇ ਵੀਰੇ ਤੁਹਾਡਾ ਫਿਰ ਪਰਿਵਾਰ ਬਾਰੇ ਦੱਸੋ, ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਹੁੰਦਾ, ਕਿਵੇਂ ਦੇ ਹਾਲਾਤ ਆ? ਜਿਵੇਂ ਤੁਸੀਂ ਮੈਨੂੰ ਦੱਸੇ ਕਿ ਜ਼ਮੀਨ ਜਾਇਦਾਦ ਵਾਲਾ ਵਧੀਆ ਸਰਦਾ ਪੱਜਦਾ ਪਰਿਵਾਰ ਸੀ, ਹੈ ਨਾ? ਅਤੇ ਜ਼ਮੀਨਦਾਰ ਪਰਿਵਾਰ ਸੀਗਾ, ਬਹੁਤ ਤਕੜੇ ਘਰੋਂ ਸੀਗਾ ਤੁਸੀਂ? ਹਾਂਜੀ। ਬਸ ਜਿਵੇਂ ਕਹਿੰਦੇ ਹੁੰਦੇ ਆ ਬਹੁਤ ਪਾਪੜ ਵੇਲੇ ਮੈਂ ਆਪਣੇ ਪਿਆਰ ਖਾਤਰ। ਅੱਛਾ ਤੁਸੀਂ ਇਹ ਗੱਲ ਵੀ ਦੱਸਦੇ ਹੋ ਕਿ ਮੈਂ 7 ਭੈਣਾਂ ਦੇ ਬਾਅਦ ਹੁੰਦਾ, ਹੈ ਨਾ? ਹਾਂ, ਮੇਰੀਆਂ ਪਹਿਲਾਂ ਭੈਣਾਂ ਸੀਗੀਆਂ 7, ਉਹ ਫਿਰ ਡੈਥ ਹੋ ਜਾਂਦੀ ਆ ਜਦ ਹੁੰਦੀਆਂ ਨੇ ਨਾ, ਫਿਰ ਉਹਨਾਂ ਦੀ ਡੈਥ ਹੋ ਜਾਂਦੀ ਆ, ਮਰ ਜਾਂਦੇ ਨੇ, ਫਿਰ ਡੈਥ ਹੋ ਜਾਂਦੀ ਆ, ਫਿਰ ਮੇਰੇ 2 ਭੈਣਾਂ ਬਚਦੀਆਂ ਨੇ, ਇੱਕ ਵੱਡੀਆਂ ਨੇ 2 ਭੈਣਾਂ ਮੇਥੋਂ, ਅਤੇ ਡੈਥ ਹੋ ਜਾਂਦੀ ਆ, ਫਿਰ 2 ਭੈਣਾਂ ਹੁੰਦੀਆਂ ਮੇਰੇ, ਇੱਕ ਮੈਂ 7 ਭੈਣਾਂ ਬਾਅਦ ਮੈਂ ਹੁੰਦਾ ਗਾ ਫਿਰ ਇਕੱਲੇ। ਬਹੁਤ ਤਕੜੇ ਜ਼ਿਮੀਂਦਾਰ ਪਰਿਵਾਰ 'ਚੋਂ, ਘਰ 'ਚੋਂ ਫੋਰਨ 'ਚ ਗਏ ਹੋਏ ਨੇ ਸਾਰੇ ਸਾਡੇ, ਪਰ ਮੇਰਾ ਰਿਸ਼ਤਾ ਇਹ ਜੁੜਨ ਖਾਤਰ ਇਹਨਾਂ ਨਾਲ ਹੌਲੀ ਹੌਲੀ ਸਾਰੇ ਫਿੱਕ ਪਾਉਂਦੇ ਜਾਂਦੇ ਨੇ। ਅੱਛਾ ਅਤੇ ਭਾਈ ਮੈਂ ਇੱਕ ਤੁਹਾਨੂੰ ਸਵਾਲ ਕਰਾਂ, ਜਦੋਂ ਤੁਸੀਂ ਪੈਦਾ ਹੁੰਦੇ ਹੋ, ਜ਼ਾਹਿਰ ਜੀ ਗੱਲ ਹੈ ਕਿ 7 ਭੈਣਾਂ ਦੇ ਬਾਅਦ ਜਦੋਂ ਕੋਈ ਪੁੱਤ ਹੁੰਦਾ ਤਾਂ ਉਹਦੇ ਚਾਅ ਲਾੜ ਮਾਂ ਦੇ ਦਿਲ ਮਾਂ ਪਿਓ ਦੇ ਦਿਲ 'ਚ ਬਹੁਤ ਹੁੰਦੇ ਕਿ ਇਹਦੇ ਚਾਅ ਕਰਾਂਗੇ, ਇਹਦਾ ਵਿਆਹ ਕਰਾਂਗੇ, ਹੈ ਨਾ? ਬਹੁਤ ਰੀਝਾਂ ਹੁੰਦੀਆਂ ਨੇ ਮਾਂ ਪਿਓ ਦੀਆਂ, ਹੈ ਨਾ? ਬਹੁਤ ਆਸਾਂ ਵੀ ਲਾਈਆਂ ਹੋਣਗੀਆਂ ਉਹਨਾਂ ਨੇ ਸਾਰੇ ਪਿੰਡ ਦੇ ਵਿੱਚ ਚਾਅ ਸੀ ਜਦੋਂ ਮੈਂ ਹੋਇਆ। ਅੱਛਾ। ਹਾਂ, ਸਾਡੇ ਘਰਾਂ 'ਚ ਸਾਡੇ ਚਾਚੇ ਤਾਇਆ ਸਾਰੇ ਪਿੰਡ 'ਚ ਚਾਅ ਸੀ ਵੀ ਇਹਨਾਂ ਦੇ ਹੀ ਬੱਚਾ ਹੋਇਆ, ਮੁੰਡਾ ਹੋਇਆ ਗਾ। ਚੱਲ ਫਿਰ ਜਿੱਥੇ ਰੱਬ ਨੇ ਬਾਬੇ ਨਾਨਕ ਨੇ ਲਿਖਿਆ ਗਾ ਹੌਲੀ ਹੌਲੀ ਠੀਕ ਆ। ਪੜ੍ਹਾਈ ਲਿਖਾਈ ਵੀ ਕਰਾਉਂਦੇ ਮਾਂ ਪਿਓ ਤੁਹਾਨੂੰ? ਹਾਂ, ਪੜ੍ਹਾਈ ਲਿਖਾਈ ਕਰਾਉਂਦੇ ਆਗੇ। ਫਿਰ ਮੈਂ ਚਲੋ ਇੰਨਾ ਪੜ੍ਹਦਾ ਨਹੀਂ ਹੈਗਾ, 2 ਸਿਸਟਰ ਹੁੰਦੀਆਂ ਮੇਰੀਆਂ, ਉਹ ਵਿਆਹ ਦਿੰਦੇ ਨੇ, ਮੈਂ ਇਕੱਲਾ ਰਹਿ ਜਾਂਦਾ, ਡੈਡੀ ਮੇਰੇ ਬਾਹਰ ਹੁੰਦੇ ਨੇ, ਮੈਂ ਔਰ ਮੰਮੀ ਰਹਿ ਜਾਂਦੇ ਹਾਂ ਘਰੇ। ਅੱਛਾ। ਉਹ ਬਾਹਰੇ ਹੁੰਦੇ ਨੇ, ਟਰਾਲਾ ਚਲਾਉਂਦੇ ਨੇ, ਬਾਹਰੇ ਚੱਲ ਹੁੰਦੇ ਸੀਗੇ। ਅੱਛਾ ਅਤੇ ਬਾਈ ਤੁਹਾਨੂੰ ਮਾਂ ਪਿਓ ਚੰਗਾ ਪੜ੍ਹਾਉਂਦੇ ਲਿਖਾਉਂਦੇ ਵੀ ਆ, ਹੈ ਨਾ? ਜਿਵੇਂ ਤੁਸੀਂ ਦੱਸਦੇ ਹੋ ਕਿ ਤੁਹਾਡੇ ਫਾਦਰ ਸਾਹਿਬ ਬਾਹਰ ਹੁੰਦੇ, ਟਰਾਲਾ ਚਲਾਉਂਦੇ ਹੁੰਦੇ, ਹੈ ਨਾ? ਤਾਂ ਫਿਰ ਤੁਸੀਂ ਪੜ੍ਹਾਈ ਲਿਖਾਈ ਦੇ ਨਾਲ ਹੋਰ ਵੀ ਕਿੱਦਾਂ ਕੋਈ ਕਰਦੇ ਹੋ? ਹਾਂ, ਕਿੱਦਾਂ ਕਰਦੇ ਆ, ਮੈਨੂੰ ਗਾਉਣ ਵਜਾਉਣ ਦਾ ਸ਼ੌਂਕ ਪੈ ਜਾਂਦਾ ਗਾ। ਜਿਵੇਂ ਗਾਉਣ ਵਜਾਉਣ ਦਾ ਸ਼ੌਂਕ ਮੈਨੂੰ ਪੈ ਜਾਂਦਾ ਗਾ, ਮੈਂ ਜਿਮ 'ਚ ਆ ਜਾਂਦਾ ਗਾ ਅਤੇ ਪ੍ਰੋਗਰਾਮ ਚਲੋ ਆਉਣ ਲੱਗ ਜਾਂਦੇ ਨੇ ਹੌਲੀ ਹੌਲੀ। ਫਿਰ ਮੈਂ ਜਦ ਮਾਤਾ 'ਤੇ ਜਾਂਦਾ ਨਾ ਮੱਥਾ ਟੇਕਣ ਮੰਦਰ ਦੇ ਵਿੱਚ ਪਟਿਆਲੇ, ਫਿਰ ਮੈਨੂੰ ਇਹ ਉੱਥੇ ਮਿਲ ਜਾਂਦੇ ਨੇ, ਮੇਰੇ ਕੋਲ ਫੰਕਸ਼ਨ ਹੁੰਦਾ, ਪ੍ਰੋਗਰਾਮ ਹੁੰਦਾ ਗਾ ਇੱਕ, ਉੱਥੇ ਮੈਨੂੰ ਮਿਲ ਜਾਂਦੇ ਨੇ ਵੀ ਚਲੋ ਇਹਨਾਂ ਦਾ ਮੈਂ ਨੰਬਰ ਲੈ ਲੈਣਾ, ਮੇਰੇ ਨਾਲ ਪ੍ਰੋਗਰਾਮ ਲਵਾਉਣਾ ਤੁਸੀਂ। ਅੱਛਾ। ਉਹ ਪਹਿਲਾਂ ਕੋਈ ਜਾਣ ਪਛਾਣ ਨਹੀਂ ਹੁੰਦੀ? ਨਾ, ਕੋਈ ਜਾਣ ਪਹਿਚਾਣ ਨਹੀਂ ਸੀ। ਉਹਨਾਂ ਨੇ ਪੁੱਛਿਆ ਬਸ ਇੱਕ ਨੰਬਰ ਲੈਤਾ ਵੀ ਪ੍ਰੋਗਰਾਮ ਲਵਾਉਣਾ ਗਾ ਮੈਂ, ਕਹਿੰਦੇ ਕੋਈ ਗੱਲ ਨਹੀਂ ਤੁਹਾਡੇ ਨਾਲ ਲਵਾ ਦਿਆਂਗੇ ਪ੍ਰੋਗਰਾਮ। ਕਾਹਦਾ? ਕਹਿੰਦੇ ਮੈਂ ਕਿਹਾ ਵੀ ਵਿਆਹ ਸ਼ਾਦੀ ਦਾ ਪ੍ਰੋਗਰਾਮ ਲਾਉਣੇ ਆਗੇ, ਅਤੇ ਕਹਿੰਦੇ ਕੋਈ ਗੱਲ ਨਹੀਂ ਲਵਾ ਦਿਆਂਗੇ। ਚਲੋ ਇਹਨਾਂ ਨੇ ਆਪਣਾ ਕਨੈਕਟ ਨੰਬਰ ਦੇ ਤਾ ਮੈਨੂੰ, ਚਲੋ ਮੈਂ ਵਗ ਜਾਂਦਾ, ਫਿਰ ਮੈਂ ਪਿੰਡ ਵਗ ਜਾਂਦਾ ਗਾ। ਫਿਰ ਇਹਨਾਂ ਨੂੰ ਮੈਂ ਨਾ ਫੋਨ ਲਾਉਣਾ ਗਾ ਵੀ ਆਪਣਾ ਪ੍ਰੋਗਰਾਮ ਆਗਾ,
इन्हां ने वादे ते पूरे रहे, कोई गल नहीं, ये आ गए प्रोग्राम ते, इन्हां ने प्रोग्राम लवाया मेरे नाल, वधिया अटेंड करिया, इन्हां नेचर वधिया लगे मैनू, इन्हां नू भी मेरे वधिया लगे नेचर। चलो तो हौली हौली गलबात चलती रही, फिर दिल दे विच गल बजदी है कि एक इहो जिहा टाइम आ जांदा भी चलो इन्हां नू कोई दिल दी गल कह के देखिए। सामने तो मैं कह नहीं सकता सीगा, मैं फोन दे उपर ना फोन ला के इन्हां नू कहा भी ऐं करके मैनू तुसीं पसंद लगदे हो, जिवें आपां गल कर लैंदे आ, मैनू तुसीं पसंद हो, वधिया लगे। तो फिर इन्हां कोले ना मैं गल शेयर करी भी ऐं करके जे मैं थोनू पाउणा चाहुणा गा, मैं जे मैं थोड़े नाल रहन लग जा फिर थोनू कोई दिक्कत तो नहीं। इन्हां ने मैनू बहुत आख्या सीगा, समझाया भी नहीं साडी लैन होर आ गई, ठीक आ। फिर जब फोन पर गल करते इन्हां नू ना बई जी मैं दसता सीगा भी ऐं करके मैं जिमीदार परिवार च बलॉक कर दाँगा भी ऐं करके तकड़े करवाँगा। फिर इन्हें दिमाग च गल पै गई सी भी कला मुंडा गा ये भी नहीं मैं वो करना गा। फिर जब साडा प्यार इनू मैं कहा भी नहीं मैं दिल चो आपदे गल कढ़ी एक भी मैं थोड़े बिना रह नहीं सकदा, मैं इनू कहता फिर फोन ते कहा, ऊं तां मेरा दिल नहीं पैंदा सी, मैं फिर इनू कहता भी ऐं करके नहीं मैं रह नहीं सकदा। चलो दिन पैंदे गए जदों तुसीं इह गल आखी मैं तेरे बिना रह नहीं सकदा, है ना, जिवें तुसीं इन्हां नूं इह गल भी दसी कि मेरे ਭੈਣਾਂ ਤੋਂ ਬਾਅਦ ਮੈਂ ਇਕੱਲਾ ਭਰਾ, ਜ਼ਮੀਨ ਜਾਇਦਾਦ ਵੀ ਚੰਗੀ ਹੈ, ਹੈ ਨਾ। ਫਿਰ ਇਹਨਾਂ ਨੇ ਤੁਹਾਨੂੰ ਇਹ ਗੱਲ ਨਹੀਂ ਰੋਕਿਆ ਹੈਗਾ ਕਿ ਅਸੀਂ ਕਿੰਨਰ ਸਮਾਜ 'ਚ ਹੁੰਦੇ ਹਾਂ, ਸਾਡੇ ਵਿਆਹ ਨਹੀਂ ਹੁੰਦੇ, ਅਸੀਂ ਸਾਰਾ ਹੀ ਜ਼ਿੰਦਗੀ ਆਪਣੀ ਡੇਰੇ ਦੇ ਲਿਖੇ ਲਾਈ ਹੁੰਦੀ ਹੈ, ਹੈ ਨਾ, ਨਾ ਸਾਡਾ ਅੱਗੇ ਦਾ ਕੋਈ ਵੰਸ਼ ਹੁੰਦਾ ਵੀ ਤੂੰ ਮੇਰੇ ਚੱਕਰਾਂ 'ਚ ਨਾ ਪੈ, ਆਪਣੀ ਜ਼ਿੰਦਗੀ ਨਾ ਖਰਾਬ ਕਰ। ਇਹਨਾਂ ਨੇ ਤੁਹਾਨੂੰ ਸਮਝਾਇਆ ਨਹੀਂ ਹੈਗਾ ਉਸ ਵਕਤ? ਸਮਝਾਇਆ ਸੀ, ਬਹੁਤ ਸਮਝਾਇਆ ਸੀਗਾ ਬਾਈ ਜੀ, ਵੀ ਇੱਕ ਤਾਂ ਮਰਦ ਹੁੰਦਾ ਗਾ ਇੱਕ ਔਰਤ ਹੁੰਦੀ ਹੈਗੀ, ਇਹਨਾਂ ਨੇ ਆਖਿਆ। ਹਾਂ, ਇੱਕ ਮਰਦ ਹੁੰਦਾ ਇੱਕ ਔਰਤ ਹੁੰਦੀ ਆ, ਵੀ ਸਾਡਾ ਜਿਹੜਾ ਕਿੰਨਰ ਸਮਾਜ ਹੁੰਦਾ ਗਾ ਵੀ ਉਹ ਵਿਚਕਾਰ ਹੁੰਦਾ ਗਾ, ਨਾ ਉਹ ਉੱਧਰ ਹੁੰਦਾ ਨਾ ਉੱਧਰ ਹੁੰਦਾ ਗਾ, ਵੀ ਤੂੰ ਇਹ ਫੈਸਲਾ ਬਹੁਤ ਉਹ ਲੈ ਰਿਹਾ ਗਾ ਬਈ ਤੂੰ ਗਲਤ ਲੈ ਰਿਹਾ ਫੈਸਲਾ ਵੀ ਤੂੰ ਨਾ ਕਰ। ਚਲੋ ਫਿਰ ਮੇਰਾ ਦਿਲ ਅੰਦਰੋਂ ਕਰਦਾ ਗਾ ਵੀ ਨਹੀਂ ਮੈਂ ਛੱਡ ਹੀ ਨਹੀਂ ਸਕਦਾ। ਫਿਰ ਇੱਕ ਦਿਨ ਇਹੋ ਜਿਹਾ ਆ ਜਾਂਦਾ ਗਾ, ਮੈਂ ਇਹਨਾਂ ਨੂੰ ਹੌਲੀ ਹੌਲੀ ਫੋਨ 'ਤੇ ਗੱਲ ਕਰਦਾ ਨਾ, ਇਹਨਾਂ ਨੂੰ ਮੈਂ ਕਿਹਾ ਮੇਰੇ ਨਾਲ ਘਰ ਚੱਲੋ। ਅੱਛਾ। ਇਹਨਾਂ ਨੂੰ ਮੈਂ ਪਟਿਆਲੇ ਸੱਦ ਲੈਂਦਾ ਗਾ, ਪਟਿਆਲੇ ਸੱਦ ਕੇ ਮੰਦਰ 'ਚ ਮੱਥਾ ਟੇਕਦਿਆਂ ਸੀ, ਇਹਨਾਂ ਨੂੰ ਮੈਂ ਘਰ ਲੈ ਜਾਂਦਾ ਆਪਣੇ। ਅੱਛਾ, ਘਰਦਿਆਂ ਨੂੰ ਪਤਾ ਹੁੰਦਾ ਕੋਈ ਮਾੜੀ ਮੋਟੀ? ਨਾ, ਘਰਦਿਆਂ ਨੂੰ ਭਿਣਕ ਵੀ ਨਹੀਂ ਹੁੰਦੀ ਵੀ ਮੁੰਡਾ ਕੀ ਕਰਦਾ ਸਾਡਾ। ਅੱਛਾ ਵੀਰੇ, ਤੁਸੀਂ ਇਹ ਗੱਲ ਵੀ ਦੱਸ ਦਿਓ ਕਿ ਜਦੋਂ ਇਹ ਮੰਨ ਜਾਂਦੇ ਆ, ਇਹ ਮੰਨ ਜਾਂਦੇ ਆ ਕਿ ਤੂੰ ਮੈਨੂੰ ਚੰਗਾ ਲੱਗਣ ਲੱਗ ਗਿਆ, ਮੈਂ ਵੀ ਤੈਨੂੰ ਪਿਆਰ ਕਰਦੀ? ਹਾਂ, ਪਹਿਲਾਂ ਤਾਂ ਨਹੀਂ ਉਹ ਕਰਦੇ ਹੁੰਦੇ, ਇਹਦਾ ਕਰਕੇ ਦਿੱਕਤ ਮੰਨਦੇ ਹੁੰਦੇ ਨੇ ਨਾ ਇਹ ਵੀ ਇਹ ਪਰਿਵਾਰ 'ਚੋਂ ਆ ਚੰਗੇ 'ਚੋਂ, ਵੀ ਚਲੋ ਮੈਂ ਤਾਂ ਕਿੰਨਰ ਹਾਂ ਇੱਕ ਮੁੰਡਾ ਗਾ। ਅਤੇ ਚੱਲ ਫਿਰ ਜਦ ਮੈਂ ਆਪਣੇ ਦਿਲ ਦੀ ਗੱਲ ਇਹਨਾਂ ਨਾਲ ਸ਼ੇਅਰ ਕਰ ਦਿੰਦਾ ਗਾ ਨਾ, ਫਿਰ ਇਹ ਮੰਨ ਜਾਂਦੇ ਨੇ, ਫਿਰ ਇਹਨਾਂ ਨੂੰ ਮੈਂ ਆਪਣੇ ਘਰ ਜਦ ਲੈ ਜਾਂਦਾ। ਘਰ ਵੀ ਲੈ ਕੇ ਜਾਂਦੇ? ਹਾਂ, ਘਰ ਲੈ ਕੇ ਜਾਂਦੇ ਹਾਂ, ਮੇਰੀ ਮੰਮੀ ਆਉਂਦੀ ਹੈਗੀ ਮੱਥਾ ਟੇਕਦਾ, ਮੰਮੀ ਨੂੰ ਬੁਲਾਉਂਦੇ ਹਾਂਗੇ ਵਧੀਆ। ਅਤੇ ਜਦ ਘਰ ਲੈ ਜਾਂਦਾ ਮੈਂ, ਮੰਮੀ ਵਧੀਆ ਚਾਹ ਪਾਣੀ ਪੁੱਛਦੀ ਇਹਨਾਂ ਨੂੰ ਵੀ ਮੈਨੂੰ ਵੀ। ਅੱਛਾ, ਮੰਮੀ ਇਹ ਨਹੀਂ ਪੁੱਛਦੀ ਕਿ ਕੌਣ ਆ? ਪੁੱਛਦੇ ਨੇ, ਫਿਰ ਮੈਂ ਜਦ ਚਾਹ ਪਾਣੀ ਪੀ ਲੈਂਦੇ ਆ ਫਿਰ ਪੁੱਛਦੇ ਨੇ ਮੈਨੂੰ ਵੀ ਕੌਣ ਆ। ਮੈਂ ਕਿਹਾ ਐਂ ਕਰਕੇ ਪ੍ਰੋਗਰਾਮ ਲਵਾਉਣ ਖਾਤਰ ਮੈਂ ਸੱਦਿਆ ਸੀਗਾ, ਅਤੇ ਵੀ ਅਸੀਂ ਗੱਲਾਂ ਕਰਦੇ ਰਹੇ ਸੀਗੇ ਵੀ ਹੁਣ ਇਹਨਾਂ ਨੂੰ ਮੈਂ ਅਪਣਾਉਣਾ ਚਾਹੁੰਦਾ ਗਾ ਆਪਣੀ ਜ਼ਿੰਦਗੀ 'ਚ। ਮੰਮੀ ਮੇਰੀ ਬਹੁਤ ਭਾਵੁਕ ਹੋ ਜਾਂਦੀ ਆ ਵੀ ਇਹ ਕੀ ਕਰਿਆ ਗਾ ਇਹਨੇ ਵੀ ਨਹੀਂ। ਫਿਰ ਮੇਰੀ ਮੰਮੀ ਜਦ ਉਹਨੂੰ ਪਤਾ ਲੱਗ ਜਾਂਦਾ ਨਾ ਪੂਰੇ ਪ੍ਰੋਪਰ 'ਚ ਵੀ ਇਹ ਇਹਨੂੰ ਨਹੀਂ ਛੱਡ ਸਕਦਾ, ਉਦਣ ਹੀ ਪਤਾ ਲੱਗ ਜਾਂਦਾ ਮੇਰੀ ਮੰਮੀ ਨੂੰ ਗੱਲਾਂ ਬਾਤਾਂ ਤੋਂ ਵੀ ਇਹ ਨਹੀਂ ਛੱਡ ਸਕਦਾ। ਅਤੇ ਚਲੋ ਇਹ ਘਰ ਵਗ ਜਾਂਦੇ ਨੇ ਆਪਣੇ ਦੁਬਾਰੇ। ਅੱਛਾ, ਉਦਣ ਘਰ ਵਗ ਜਾਂਦੇ? ਹਾਂ। ਉਸ ਤੋਂ ਬਾਅਦ ਦੋ ਦਿਨ ਬੀਤਦੇ ਨੇ, ਚਾਰ ਦਿਨ ਬੀਤਦੇ ਨੇ, ਫਿਰ ਇਹਨਾਂ ਨੂੰ ਮੈਂ ਦੁਬਾਰੇ ਫਿਰ ਆਪਣੇ ਜਦ ਘਰ ਲੈ ਕੇ ਆਉਣਾ ਨਾ ਇਹਨਾਂ ਨੂੰ, ਅਤੇ ਫਿਰ ਮੰਮੀ ਕਹਿੰਦੀ ਹੈਗੀ ਵੀ ਫਿਰ ਆ ਗਏ। ਮੈਂ ਕਿਹਾ ਹਾਂਜੀ ਕੋਈ ਗੱਲ ਨਹੀਂ, ਮੰਮੀ ਨੇ ਕੁਛ ਨਹੀਂ ਆਖਿਆ ਹੈਗਾ, ਇਹਨਾਂ ਨੂੰ ਵਧੀਆ ਚਾਹ ਪਾਣੀ ਪੀਤਾ ਕਰਿਆ। ਫਿਰ ਨਾ ਮੇਰੀ ਮੰਮੀ ਫੋਨ ਕਰਦੀ ਹੈਗੀ ਸਾਡੇ ਰਿਸ਼ਤੇਦਾਰਾਂ ਨੂੰ, ਕਿਸੇ ਨੂੰ, ਮੇਰੀ ਭੂਆ ਹੁੰਦੀ ਹੈਗੀ ਉਹਨਾਂ ਨੂੰ ਫੋਨ ਕਰਦੀ ਆ ਵੀ ਐਂ ਕਰਕੇ ਵੀ ਇਹ ਘਰ ਆਇਆ ਵੀ ਇੱਕ ਕਿੰਨਰ ਨੂੰ ਲੈ ਕੇ ਆਇਆ ਗਾ ਵੀ ਜਿਹਦੇ ਨਾਲ ਗੱਲਾਂ ਕਰਦਾ ਹੁੰਦਾ ਸੀਗਾ ਇਹ, ਵੀ ਉਹ ਆਈ ਗਈ ਹੋਈ ਹੈ ਹੁਣ। ਮੇਰੀ ਮੰਮੀ ਨੇ ਨਾ ਦੱਸਤਾ ਸੀਗਾ ਰਿਸ਼ਤੇਦਾਰਾਂ 'ਚ ਵੀ ਐਂ ਕਰਕੇ ਫੋਨ ਕਰ ਰਿਹਾ ਗਾ ਇਹ। ਅਤੇ ਫਿਰ ਇਹਨਾਂ ਨੂੰ ਮੈਂ ਗਾਹਾਂ ਲੈ ਕੇ ਜਾਣਾ ਸੀਗਾ ਨਕੋਦਰ ਉਦਨੇ ਜੀ, ਜਦ ਅਸੀਂ ਪਿੰਡ ਗਏ ਹਾਂ। ਚਲੋ ਰੋਟੀ ਪਾਣੀ ਖਵਾਉਂਦੀ ਆ ਮੰਮੀ, ਵਧੀਆ ਚਾਹ ਪਾਣੀ ਪੀਂਦੇ ਹਾਂਗੇ। ਜਦ ਮਾਂ ਦੇ ਦਿਲ 'ਚ ਤਾਂ ਫਿਰ ਵੀ ਹੁੰਦਾ ਗਾ ਆਪਣੇ ਪੁੱਤ ਲਈ, ਮੇਰੀ ਮੰਮੀ ਮੈਨੂੰ ਕਹਿੰਦੀ ਸੀ ਤੂੰ ਵਗ ਜਾ ਛੇਤੀ ਵਗ ਜਾਓ ਤੁਸੀਂ ਵੀ ਕੋਈ ਆ ਨਾ ਜਾਵੇ, ਵੀ ਤੁਸੀਂ ਛੇਤੀ ਵਗ ਜਾਓ,
हाँ भी तुम छेती भग जाओ। चलो मेरी मम्मी ने ऐ पता भी इनू कित चुकाउणगे गलत थावे करनगे भी रिश्तेदार साढ़े प्रौहणे साढ़े रिश्तेदार जां होर करनगे। मेरी मम्मी कहंदी आ कि भी होर किहड़ा दुनिया ते कुड़ियां मुक गईआं भरजाइयां मेरिया कहंदियां ने। मेरी मम्मी कहंदी आ कि भी इन्ने तकड़े घर दा मुंडा तैनू गड्डियां नाल रिश्ते होणगे ठीक आ भी किहड़ा कुड़ियां मुक गईआं तूं इक किन्नर नाल भी रोना चाहना गा भी ये किहड़ा प्यार होया भी तू प्यार करिया कि वह भी कैसा करेगा। पर मैं नहीं साडा जिवें सानू पता ना दिल तो साडी लगी भी हैगी ते फिर ना बई जी की हुंदा गा ना मैं मेरी मम्मी कहंदी आ भी तुसीं चलो बग जो हुण जद असीं ना जान लगदे आ घर दे विचों निकलदे आ बाहरों एक गड्डी आउंदी हैगी गड्डी दे विच रिश्तेदार भी हुंदे ने साडे मैनूं कहंदे भी सानू कहंदे अंदर चलो ये मेरे पिछे बैठण नहीं लगदे ने बाइक ते मोटरसाइकिल ते जद बैठण लगदे ने कहंदे भी अंदर चलो। ਕਿੱਥੇ ਘਰ ਦੇ ਅੰਦਰ ਜਾਂ ਗੱਡੀ ਦੇ ਅੰਦਰ? ਘਰ ਦੇ ਅੰਦਰ। ਅੱਛਾ ਬਾਹਰ ਚੋਂ ਗੇਟਾਂ ਚੋਂ ਚੱਲ ਅਸੀਂ ਅੰਦਰ ਬਹਿ ਜਾਂਦੇ ਇਹਨਾਂ ਨੂੰ ਪੁੱਛਦੇ ਨੇ ਠੀਕ ਹੋ ਕਹਿੰਦੇ ਠੀਕ ਹੋ ਫਿਰ ਇਹ ਆਪਣੀ ਗੱਲਬਾਤ ਦੱਸਦੇ ਨੇ ਵੀ ਮੈਂ ਉੱਥੇ ਰਹਿੰਦੀ ਹਾਂਗੀ ਵੀ ਆਹ ਮੇਰਾ ਨਾਮ ਤਮੰਨਾ ਮੈਂ ਇੱਕ ਕਿੰਨਰ ਹਾਂਗੀ ਗੱਲਾਂ ਬਾਤਾਂ ਕਰੀ ਜਾਂਦੇ ਨੇ। ਉਹਨਾਂ ਨੇ ਕੋਈ ਐਸੀ ਗੱਲ ਨਹੀਂ ਦੱਸੀ ਵੀ ਅਸੀਂ ਤੁਹਾਡੇ 'ਤੇ ਕੀ ਚਲਾਕੀ ਖੇਡਣੀ ਹੈ ਜਾਂ ਕੀ ਕਰਨਾ ਗਾ ਅਤੇ ਦੋ ਚਾਰ ਮਿੰਟ ਬੈਠੇ 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 ਗੱਲਾਂ ਬਾਤਾਂ ਕਰਦੇ ਆ ਚਾਹ ਪਾਣੀ ਪੀਂਦੇ ਆ ਉਹ ਨਾ ਇੱਕ ਪਾਸੇ ਜਾ ਕੇ ਮੁੰਡਾ ਫੋਨ ਲਾਉਂਦਾ ਗਾ ਅਤੇ ਫੋਨ ਲਾਉਂਦਾ ਉਦੋਂ ਬਾਅਦ ਇੱਕ ਗੱਡੀ ਆਉਂਦੀ ਹੈਗੀ ਉਹਦੇ ਵਿੱਚ ਚਾਰ ਪੰਜ ਜਾਣੇ ਹੁੰਦੇ ਨੇ। ਜਾਣ ਪਛਾਣ ਦੇ ਹੁੰਦੇ ਆ? ਨਹੀਂ ਜਾਣ ਪਹਿਚਾਣ ਦੇ ਨਹੀਂ ਹੁੰਦੇ ਉਹ ਆ ਕੇ ਮੇਰੀ ਬਾਂਹ ਫੜ ਲੈਂਦੇ ਨੇ ਜਦ ਘਰ ਆ ਕੇ ਮੈਂ ਉਹਨਾਂ ਨੂੰ ਆਖਿਆ ਤੁਸੀਂ ਬਾਂਹ ਫੜਦੇ ਹੋ ਘਰ ਆ ਕੇ ਵੀ ਦੱਸੋ ਬਹਿ ਕੇ ਗੱਲ ਕਰਦੇ ਹਾਂ ਆਪਾਂ ਮੈਨੂੰ ਕਹਿੰਦੇ ਸੀ ਆਈ ਸਟਾਫ 'ਚੋਂ ਆਵਾਂਗੇ। ਅੱਛਾ ਹਾਂਜੀ ਅਤੇ ਕਹਿੰਦੇ ਸੀ ਆਈ ਸਟਾਫ 'ਚੋਂ ਅਸੀਂ ਤੁਹਾਨੂੰ ਐਂ ਕਰਕੇ ਅਸੀਂ ਲੈ ਕੇ ਜਾਣਾ। ਮੈਂ ਸਾਡੀ ਗਲਤੀ ਕੀ ਹੈ ਸਾਡਾ ਕਸੂਰ ਕੀ ਹੈ ਦੱਸੋ। ਕੁਛ ਨਹੀਂ ਬੋਲਦੇ ਹੈ ਕਿ ਸਾਡੇ ਘਰਦਿਆਂ ਤੋਂ ਸਾਈਨ ਕਰਾਉਂਦੇ ਨੇ ਕਾਗਜ਼ 'ਤੇ ਉਹ ਕੋਈ ਹੁੰਦਾ ਹੋਊਗਾ ਉਹਨਾਂ ਦਾ ਸਾਈਨ ਕਰਾ ਕੇ ਨਾ ਮੈਨੂੰ ਲੈ ਜਾ ਗੱਡੀ 'ਚ ਬਿਠਾਉਂਦੇ ਨੇ ਗੱਡੀ 'ਚ ਬਿਠਾ ਕੇ ਮੈਨੂੰ ਲੈ ਜਾਂਦੇ ਨੇ ਇਹ ਘਰੀ ਬੈਠੇ ਹੁੰਦੇ। ਹਾਂ ਇਹ ਭਾਵਕ ਹੁੰਦੀ ਹੈਗੀ ਵਿਚਾਰੀ ਰੋਂਦੇ ਆ ਵੀ ਕਿੱਧਰ ਲੈ ਗਏ ਇਹਨਾਂ ਨੇ ਮੇਰੀ ਮੰਮੀ ਕਹਿੰਦੀ ਆ ਵੀ ਤੂੰ ਵਗ ਜਾ ਠੀਕ ਆ। ਇਹਨਾਂ ਨੂੰ ਮੇਰੀ ਮੰਮੀ ਕਹਿੰਦੀ ਆ ਵੀ ਚੱਲ ਇਹਨਾਂ ਨੂੰ ਸ਼ਗਨ ਵਿਹਾਰ ਵੀ ਦਿੰਦੀ ਆ ਮੇਰੀ ਮੰਮੀ ਵੀ ਤੂੰ ਚੱਲ ਵਗ ਜਾ ਇਹ ਪੁੱਛਦੇ ਨੇ ਠੀਕ ਆ ਵੀ ਉਹਨੂੰ ਕਿੱਧਰ ਚੁਕਾਇਆ ਤੁਸੀਂ ਵੀ ਇਹ ਕੀ ਕਰ ਰਹੇ ਹੋ। ਇਹਨਾਂ ਦੀ ਕੋਈ ਗੱਲ ਨਹੀਂ ਮੰਨੀ ਉਹਨਾਂ ਨੇ ਸਾਡੇ ਘਰਦਿਆਂ ਨੇ ਮੈਨੂੰ ਚਲੋ ਲੈ ਜਾਂਦੇ ਨੇ ਜਦ ਮੈਨੂੰ ਨਾ ਰਸਤੇ ਵਿੱਚ ਲੈ ਜਾਂਦੇ ਨੇ ਮੈਨੂੰ ਦੜਬੇ ਕੋਲ ਜਾ ਕੇ ਪਤਾ ਲੱਗਦਾ ਪਹਿਲਾਂ ਮੈਨੂੰ ਕਹਿੰਦੇ ਸੀ ਸੀ ਆਈ ਸਟਾਫ 'ਚੋਂ ਆ ਫਿਰ ਮੇਰੇ ਕੋਲ ਫੋਨ ਹੁੰਦਾ ਗਾ ਇਹਨਾਂ ਦੀਆਂ ਫੋਟੋਆਂ ਮੇਰੇ ਪਰਸ ਦੇ ਵਿੱਚ ਹੁੰਦੀਆਂ ਨੇ ਉਹ ਵੀ ਕੱਢ ਲੈਂਦੇ ਨੇ ਮੇਰਾ ਫੋਨ ਕੱਢ ਲੈਂਦੇ ਨੇ ਸਾਰਾ ਮੈਨੂੰ ਤਲਾਸੀ ਕਰਕੇ ਮੇਰੀ ਚਲੋ ਮੈਨੂੰ ਉੱਥੇ ਲੈ ਜਾਂਦੇ ਨੇ ਫਿਰ ਮੈਨੂੰ ਬਾਈ ਜੀ ਉੱਥੇ ਜਾ ਕੇ ਪਤਾ ਲੱਗਦਾ ਵੀ ਇਹ ਇੱਕ ਜਲਾਤ ਬੰਦੇ ਐਸੇ ਨੇ ਜਦ ਮੈਨੂੰ ਉੱਥੇ ਲੈ ਜਾਂਦੇ ਨੇ ਮੇਰਾ ਸਭ ਕੁਛ ਕੱਢ ਕੇ ਨਾ ਅੰਦਰ ਬਾੜ ਦਿੰਦੇ ਨੇ ਉਹ ਦੋ ਤਿੰਨ ਗੇਟ ਹੁੰਦੇ ਨੇ ਉਹਨਾਂ ਦੇ ਕੀ ਹੁੰਦਾ ਉਹ ਇੱਕ ਨਸ਼ਾ ਛੁਡਾਊ ਕੇਂਦਰ ਹੁੰਦਾ ਜਿੱਥੋਂ ਸਾਡਾ ਸਟਕਾਰਾ ਪੈ ਸਕੇ ਬਈ ਇਹ ਮੁੰਡਾ ਸਾਡਾ ਸੁਧਰ ਜੇ ਚਲੋ ਐਂ ਹੁੰਦਾ ਮਾਂ ਪਿਓ ਨੂੰ ਕੇਂਦਰ 'ਚ ਤਾਂ ਛੇੜੀ ਬੰਦੇ ਹੁੰਦੇ ਤੁਸੀਂ ਤਾਂ ਨਸ਼ਾ ਨਹੀਂ ਕਰਦੇ ਛੇੜੀ ਬੰਦੇ ਹੁੰਦੇ ਨੇ ਉੱਥੇ ਨਹੀਂ ਮੈਂ ਕੋਈ ਨਸ਼ਾ ਨਹੀਂ ਕਰਦਾ ਸੀਗਾ ਜੈਟ ਫੜਾ ਆਉਂਦੇ ਨੇ ਵੀ ਘਸਾ ਕੇ ਇਹਨੂੰ ਛੋਟੀ ਕਰਦੇ ਗੂੰਗੇ ਵਾਂਗੂ ਬੈਠੇ ਰਹਿਣਾ ਤਾਂ ਸਾਨੂੰ ਝੱਕ ਹੀ ਜਾਣਾ ਵੀ ਗੱਲ ਨਹੀਂ ਕਰ ਜੇ ਕੋਈ ਗੱਲ ਆਪਾਂ ਕਰਦੇ ਹਾਂ ਕਿਸੇ ਨੂੰ ਹੰਗਾਰਾ ਭਰਦੇ ਹਾਂ ਉਹ ਕਹਿੰਦੇ ਨੇ ਵੀ ਤੁਸੀਂ ਭੱਜਣ ਦੀ ਕੋਸ਼ਿਸ਼ ਕਰਦੇ ਹੋ ਫਿਰ ਰਾਇ ਬਣਾਉਂਦੇ ਹੋ ਠੀਕ ਆ ਗੱਲ ਨਹੀਂ ਕਰਨੀ ਉੱਥੇ ਬਸ ਗੂੰਗੇ ਵਾਂਗੂ ਬੈਠੇ ਰਹਿਣਾ ਪਏ ਰਹਿਣਾ ਬੇ ਟਾਈਮ ਆ ਉਹਨਾਂ ਨੇ ਖਾਣਾ ਦੇਣਾ। ਤੂੰ ਕੁੱਟਮਾਰ ਵੀ ਹੋਈ ਉੱਥੇ? ਬਹੁਤ ਜ਼ਿਆਦਾ ਕੁੱਟਮਾਰ ਹੋਈ। ਕਿਵੇਂ ਸੀ ਉਹ ਕੁੱਟਮਾਰ? ਜਦੋਂ ਕੁੱਟਮਾਰ ਹੋਣੀ ਕੋਈ ਗਲਤੀ ਹੋ ਜਾਣੀ ਬਹੁਤ ਕੁੱਟਣਾ ਫਿਰ ਕੰਧ ਕੰਨੀ ਨੂੰ ਮੂੰਹ ਕਰਕੇ ਕਿਤੇ ਬਿਠਾ ਦੇਣਾ ਕਿਤੇ ਕੁਛ ਕੁੱਟਮਾਰ ਹੋਈ। ਮੈਂ ਨਾ ਸਾਰੀ ਦਿਹਾੜੀ ਪਿਆ ਇਹਨਾਂ ਨੂੰ ਯਾਦ ਕਰ ਰਿਹਾ ਸੀ ਜਦੋਂ ਮੈਂ ਉੱਥੇ ਨਿਕਲਦਾ ਸਕਦਾ ਨਹੀਂ ਸੀਗਾ ਰੋਟੀ ਨਹੀਂ ਖਾਂਦਾ ਸੀ ਮੈਂ ਉਹਨੂੰ ਆਖਿਆ ਪਹਿਲੇ ਦਿਨ ਜਦ ਮੈਨੂੰ ਲੈ ਕੇ ਗਏ ਨੇ ਮੈਨੂੰ ਕਹਿੰਦੇ ਰੋਟੀ ਖਾ ਮੈਂ ਕਿਹਾ ਜੀ ਮੈਂ ਤਾਂ ਖਾਣੀ ਨਹੀਂ ਕਹਿੰਦੇ ਖਾਣੀ ਪਊਗੀ ਰੋਟੀ ਮੈਂ ਕਿਹਾ ਕਿਹੜਾ ਧੱਕਾ ਗਾ ਕਹਿੰਦੇ ਉਹਦੇ ਤਾਂ ਧੱਕਾ ਹੀ ਹੈਗਾ ਵੀ ਚਾਹੇ ਅੱਧੀ ਖਾ ਲਾ ਰੋਟੀ ਖਾਣੀ ਪਊਗੀ ਕਹਿੰਦੇ ਕਿੰਨੀ ਖਾਏਗਾ ਮੈਂ ਕਿਹਾ ਚਲੋ ਮੈਂ ਇੱਕ ਖਾ ਲੈਂਦਾ ਗਾ ਫਿਰ ਨਾ ਉਹ ਇੱਕ ਰੋਟੀ ਲਿਖ ਦਿੰਦੇ ਨੇ ਉੱਥੇ ਕਾਗਜ਼ ਦੇ ਉੱਪਰ ਫਿਰ ਮੈਨੂੰ ਇੱਕ ਮਹੀਨਾ ਇੱਕ ਇੱਕ ਰੋਟੀ ਮਿਲਦੀ ਹੈਗੀ ਇੱਕ ਤੋਂ ਮੈਨੂੰ ਡੇਢ ਰੋਟੀ ਨਹੀਂ ਮਿਲਦੀ ਹੈਗੀ ਇੱਕ ਰੋਟੀ ਮਿਲਦੀ ਆ ਮੇਰਾ ਸਰੀਰ ਵੀ ਜਮ੍ਹਾਂ ਹੋ ਗਿਆ ਸੀ ਘਰ ਰੋਈ ਜਾਂਦਾ ਸੀ ਇਹਨਾਂ ਨੂੰ ਮੈਂ ਯਾਦ ਕਰ ਬਈ ਸਾਡਾ ਇੰਨਾ ਵਧੀਆ ਪਿਆਰ ਹੋਣ ਲੱਗਿਆ ਸੀਗਾ ਹੁਣ ਠੀਕ ਆ ਹੁਣ ਆਹ ਕਿਹੜੀ ਜ਼ਿੰਦਗੀ ਮੈਨੂੰ ਦੁਬਾਰੇ ਦੇ ਤੀ ਫਿਰ ਨਾ ਉੱਥੇ ਨਾ ਜਦ 20 ਦਿਨ ਬੀਤ ਜਾਂਦੇ ਨੇ ਉੱਥੇ ਲੇਡੀਜ਼ ਆਉਂਦੀਆਂ ਨੇ ਸਫਾਈ ਕਰਨ ਵਾਲੀਆਂ ਜੋ ਰੱਖੀਆਂ ਹੁੰਦੀਆਂ ਪੋਚਾ ਲਾਉਣ ਝਾੜੂ ਪੋਚੇ 'ਤੇ ਵਿਚਾਰੀਆਂ ਬੀਬੀਆਂ ਰੱਖੀਆਂ ਹੁੰਦੀਆਂ ਉਹ ਆਉਂਦੀਆਂ ਨੇ ਉਹ ਇੱਕ ਨਾ ਚੁੰਨੀ ਭੁੱਲ ਜਾਂਦੇ ਨੇ ਆਪਣੀ ਅੱਛਾ ਜਦ ਝਾੜੂ ਪੋਚਾ ਕਰਦੀਆਂ ਨੇ ਉਹ ਚੁੰਨੀ ਸੜ ਜਾਂਦੀਆਂ ਨੇ ਫਿਰ ਮੈਂ ਹੌਲੀ ਕਿਤੇ ਨੇ ਚੁੰਨੀ ਚੱਕਦਾ ਗਾ ਚੱਕ ਕੇ ਨਾ ਆਪਣੇ ਜਿੱਥੇ ਪਿਆ ਹੁੰਦਾ ਮੈਂ ਉਹਦੇ ਨੀਚੇ ਰੱਖ ਲੈਂਦਾ ਗਾ। ਅੱਛਾ ਮੈਨੂੰ ਪਤਾ ਹੁੰਦਾ ਵੀ ਜਦ ਇਹ ਖਾਣਾ ਖਾਣ ਸਾਰੇ ਬਾਹਰੇ ਜਾਣਗੇ ਗੈਲਰੀ 'ਚ ਬੈਠਣਗੇ ਬਈ ਮੈਂ ਉਦੋਂ ਕੁਛ ਨਾ ਕੁਛ ਕਰੂੰਗਾ ਚਲੋ ਉਹ ਖਾਣਾ ਖਾਣ ਸਾਰੇ ਕਮਰੇ 'ਚੋਂ ਬਾਹਰ ਹੋ ਜਾਂਦੇ ਨੇ ਮੈਂ ਪਿਆ ਉੱਠ ਖੜਦਾ ਗਾ ਉੱਠ ਕੇ ਮੈਂ ਪੱਖੇ ਨਾਲ ਪਾ ਕੇ ਨਾ
ਥੱਲੇ ਬੈਂਚ ਲਾ ਕੇ ਗਲ ਵਿੱਚ ਪਾ ਲੈਂਦਾ ਆਪਣੇ ਵੀ ਮੈਂ ਨਹੀਂ ਇਹਨਾਂ ਨੂੰ ਛੱਡ ਸਕਦਾ ਸੀਗਾ ਅੰਦਰੋਂ ਮੈਂ ਬਹੁਤ ਮਨ ਖਰਾਬ ਹੋ ਰਿਹਾ ਸੀ ਜਦੋਂ ਮੈਂ ਗਲ ਦੇ ਵਿੱਚ ਪਾ ਕੇ ਉਹ ਬੈਂਚ ਕੱਢਣ ਲੱਗਦਾਗਾ ਫਿਰ ਜਿਹੜਾ ਉਹਨਾਂ ਦਾ ਰੱਖੇ ਹੁੰਦੇ ਨੇ ਕਿ ਮੂਹਰੇ ਦੇਖਣ ਨੂੰ ਨਿਗਾਹਸਾਨੀ 'ਤੇ ਉਹ ਮੇਰੀਆਂ ਆ ਕੇ ਬਾਈ ਲੱਤਾਂ ਫੜ ਲੈਂਦਾ ਗਾ ਮੈਨੂੰ ਥੱਲੇ ਲਾਹ ਲੈਂਦਾ ਗਾ ਉਹ ਬਈ ਤੂੰ ਇਹ ਕੀ ਕਰਨ ਲੱਗਿਆ ਸੀਗਾ ਵੀ ਫਾਹਾ ਲੈਣ ਲੱਗਿਆ ਸੀ ਸਾਰਿਆਂ ਨੂੰ ਪਤਾ ਲੱਗ ਜਾਂਦਾ ਫਿਰ ਇੱਕ ਜੋ ਬੱਲਾ ਹੁੰਦਾ ਜਿਹੜਾ ਖੇਡਣ ਵਾਲਾ ਬੱਲਾ ਹੁੰਦਾ ਗਾ ਮੈਨੂੰ ਥੱਲੇ ਲਾਹ ਕੇ ਨਾ ਉੱਥੋਂ ਬਚਾ ਲੈਂਦੇ ਨੇ ਮੈਨੂੰ ਮੈਂ ਫਾਹਾ ਲੈਣ ਹੀ ਲੱਗਦਾ ਸੀਗਾ ਹਜੇ ਉਹਦੀ ਥੱਲੇ ਲਾਹ ਲੈਂਦੇ ਨੇ ਫਿਰ ਬੱਲਾ ਜਿਹੜਾ ਹੁੰਦਾ ਗਾ ਉਹ ਮੇਰੀ ਢੂਹੀ 'ਚ ਮਾਰਦੇ ਨੇ ਬਹੁਤ ਮੇਰੀ ਕੁੱਟਮਾਰ ਕਰਦੇ ਨੇ ਫਿਰ ਮੈਨੂੰ ਬਾਹਰ ਹੀ ਲੈ ਜਾਂਦੇ ਨੇ ਜਿਹੜੇ ਵੱਡੇ ਉਹਨਾਂ ਦੇ ਹੁੰਦੇ ਨੇ ਉਹਨਾਂ ਕੋਲ ਲੈ ਜਾਂਦੇ ਨੇ ਜਦ ਫਿਰ ਮੈਨੂੰ ਬੱਲੇ ਨਾਲ ਬਹੁਤ ਕੁੱਟਿਆ ਉਹਨਾਂ ਨੇ ਬਹੁਤ ਜ਼ਿਆਦਾ ਬਈ ਤੂੰ ਇਹ ਫਾਹਾ ਲੈਣ ਲੱਗਿਆ ਸੀ ਵੀ ਸਾਨੂੰ ਵੀ ਵਸਾ ਦਿੰਦਾ ਤੂੰ ਮਰ ਜਾਣਾ ਸੀਗਾ ਫਿਰ ਉਹਨਾਂ ਨੂੰ ਮੈਂ ਮੋੜ ਕੇ ਜਵਾਬ ਦਿੱਤਾ ਵੀ ਮੈਂ ਹੋਰ ਕਰਦਾ ਕੀ ਠੀਕ ਆ ਕੋਈ ਖਾਂਦਾ ਪੀਂਦਾ ਕੁਛ ਮੈਂ ਨਹੀਂ ਹੈਗਾ ਨਸ਼ਾ ਮੈਂ ਨਹੀਂ ਕਰਦਾ ਹੈਗਾ ਤੁਸੀਂ ਮੈਨੂੰ ਮੇਰੇ ਪਿਆਰ ਦੀ ਸਜ਼ਾ ਬਸ ਐਡੀ ਕੀ ਦਿੱਤੀ ਇੱਕ ਵੀ ਅਸੀਂ ਕੋਈ ਚੋਰੀ ਨਹੀਂ ਕਰਿਆ ਕੋਈ ਡਾਕਾ ਨਹੀਂ ਕਰ ਮਾਰਿਆ ਅਸੀਂ ਵੀ ਮੈਨੂੰ ਪਿਆਰ ਦੀ ਸਜ਼ਾ ਇੰਨੀ ਗੰਦੀ ਦਿੱਤੀ ਆ ਤੁਸੀਂ ਫਿਰ ਨਾ ਉਹ ਰਾਤ ਨੂੰ 10 ਵਜੇ ਫੋਨ ਕਰਦੇ ਨੇ ਸਾਡੇ ਘਰਦਿਆਂ ਨੂੰ ਬਈ ਇਹਨੇ ਮੁੰਡੇ ਨੇ ਤੁਹਾਡੇ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰੀ ਸੀ ਬਈ ਇਹਨੂੰ ਤੁਸੀਂ ਲੈ ਜਾਓ ਇੱਥੋਂ ਵੀ ਜੇ ਮਰ ਗਿਆ ਤੁਸੀਂ ਫਿਰ ਵੀ ਲੈ ਕੇ ਜਾਓਗੇ ਇਹਨੂੰ ਫਿਰ ਸਾਡੇ ਰਾਤ ਨੂੰ 1 ਵਜੇ ਮੇਰੇ ਘਰਦੇ ਆਉਂਦੇ ਨੇ ਅਤੇ ਮੈਨੂੰ ਲੈ ਜਾਂਦੇ ਨੇ ਮੈਨੂੰ ਯਾਨੀ ਕਿ ਫਿਰ ਵੀ ਪਿੰਡ ਨਹੀਂ ਲੈ ਕੇ ਜਾਂਦੇ ਮੈਨੂੰ ਮੈਨੂੰ ਪਿੰਡ ਨਹੀਂ ਲੈ ਕੇ ਆਉਂਦੇ ਮੈਨੂੰ ਆਪਣੀ ਭੂਆ ਕੋਲੇ ਲੈ ਜਾਂਦੇ ਨੇ ਕਿਉਂ ਮੇਰਾ ਸਰੀਰ ਅੰਦਰੋਂ ਬਹੁਤ ਖਤਮ ਹੁੰਦਾ ਮੂੰਹ ਸਿਰ ਬਹੁਤ ਉਹ ਹੁੰਦਾ ਗਾ ਖਰਾਬ ਹੋਇਆ ਵਾ ਹੁੰਦਾ ਕਿਉਂ ਬੇਟੇ ਮੈਂ ਖਾਣਾ ਮਿਲਦੇ ਕੁੱਟਮਾਰ ਬਹੁਤ ਕਰਦੇ ਸੀਗੇ ਮੇਰੀ ਬਹੁਤ ਜ਼ਿਆਦਾ ਹੋਈ ਹੈਗੀ ਠੀਕ ਆ ਹੁਣ ਵੀ ਮੈਂ ਧੁੱਪੇ ਖੜ ਜਾਂਦਾ ਮੇਰੇ ਢੂਹੀ ਦੇ ਉੱਤੇ ਉਹ ਹੋ ਜਾਂਦਾ ਗਾ ਕਿਉਂ ਕੁੱਟਮਾਰ ਮੇਰੀ ਬਾਹਲੀ ਹੋਈ ਹੋਈ ਸੀਗੀ ਫਿਰ ਮੈਨੂੰ ਭੂਆ ਜਿਹਾ ਲੈ ਜਾਂਦੇ ਨੇ ਉੱਥੇ ਮੈਨੂੰ ਕੱਪੜੇ ਲੀੜੇ ਪਵਾ ਕੇ ਵਧੀਆ ਕਹਿੰਦੇ ਜਾ ਤੈਨੂੰ ਅਸੀਂ ਹੁਣ ਪਿੰਡ ਦੂਸਰੇ ਦਿਨ ਪਿੰਡ ਲੈ ਕੇ ਜਾਵਾਂਗੇ ਤੇਰੇ ਤੂੰ ਪਿੰਡ ਜਾ ਕੇ ਇਹ ਗੱਲ ਕਹਿਣੀ ਆ ਵੀ ਮੈਂ ਬਾਹਰ ਹੀ ਵੱਗ ਗਿਆ ਸੀਗਾ ਅੱਛਾ ਬਈ ਤੂੰ ਪਿੰਡ ਦੇ ਵਿੱਚ ਸਾਡੀ ਬਦਨਾਮੀ ਹੋਊਗੀ ਵੀ ਅਸੀਂ ਤੈਨੂੰ ਚੁਕਾਤਾ ਵੀ ਤੂੰ ਇਹ ਗੱਲ ਨਹੀਂ ਦੱਸਣੀ ਹੈਗੀ ਬਈ ਮੈਨੂੰ ਨਸ਼ਾ ਛੁਡਾਊ ਕੇਂਦਰ 'ਚ ਇਹਨਾਂ ਨੇ ਚੁਕਾਤਾ ਸੀ ਇੱਕ ਪਿਆਰ ਖਾਤਰ ਤੂੰ ਐਂ ਕਹਿਣਾ ਵੀ ਮੈਂ ਬਾਹਰ ਹੀ ਵੱਗ ਗਿਆ ਸੀ ਟੂਰਿਸਟ ਵੀਜ਼ੇ 'ਤੇ ਵੀ ਮੈਨੂੰ ਘਰ ਦੇ ਬਾਹਰ ਭੇਜਤਾ ਸੀਗਾ ਚਲੋ ਮੈਂ 1 ਦਿਨ ਬੀਤੇ 2 ਦਿਨ ਬੀਤੇ ਮੈਂ ਪੁੱਛਣ ਲੱਗ ਗਿਆ ਵੀ ਤੂੰ ਕਿੱਧਰ ਵੱਗ ਗਿਆ ਸੀਗਾ ਕੀ ਗੱਲਬਾਤ ਸੀ ਮੈਂ ਭਾਵਕ ਹੋ ਜਾਂਦਾ ਸੀ ਰੋਣ ਲੱਗ ਜਾਂਦਾ ਸੀਗਾ ਫਿਰ ਮੇਰੇ ਯਾਰ ਦੋਸਤ ਸੀਗੇ ਮੁੰਡੇ ਪਿੰਡੋਂ ਠੀਕ ਆ ਮੇਰੇ ਚਾਏ ਤਾਏ ਚਾਚਿਆਂ ਨਾਲ ਵੀ ਗੱਲ ਕਰ ਲੈਂਦਾ ਸੀ ਚਲੋ ਮੈਂ ਫਿਰ ਉਹਨਾਂ ਨੂੰ ਮੈਂ ਦੱਸਿਆ ਮੁੰਡਿਆਂ ਨੂੰ ਵੀ ਐਂ ਕਰਕੇ ਮੈਨੂੰ ਤਾਂ ਇੱਕ ਨਸ਼ਾ ਛੁਡਾਊ ਕੇਂਦਰ 'ਚ ਚੁਕਾਤਾ ਸੀਗਾ ਮੈਂ ਆਖਿਆ ਉਹਨਾਂ ਨੂੰ ਮੈਂ ਕਿਹਾ ਤੁਹਾਨੂੰ ਕੀ ਕਿਹਾ ਸੀ ਕਹਿੰਦੇ ਘਰ ਸਾਡੇ ਘਰ ਦੇ ਕਹਿੰਦੇ ਤੁਹਾਨੂੰ ਸਾਨੂੰ ਕਹਿੰਦੇ ਤੁਹਾਡੇ ਘਰ ਦੇ ਵੀ ਅਸੀਂ ਤੁਹਾਡੇ ਮੁੰਡੇ ਨੂੰ ਬਾਹਰੇ ਭੇਜਤਾ ਵੀ ਆਪਣੇ ਮੁੰਡੇ ਨੂੰ ਅਸੀਂ ਵੀ ਕਿਤੇ ਬਾਹਰੇ ਭੇਜਤਾ ਅਤੇ ਫਿਰ ਮੈਂ ਉਹਨਾਂ ਨੂੰ ਘਰਦਿਆਂ ਨੂੰ ਪਿੰਡ ਦੇ ਮੁੰਡਿਆਂ ਨੂੰ ਦੱਸ ਦਾਂਗਾ ਬਈ ਨਹੀਂ ਮੈਨੂੰ ਤਾਂ ਇਹਨਾਂ ਨੇ ਗਲਤ ਨਸ਼ਾ ਛੁਡਾਊ ਕੇਂਦਰ 'ਚ ਚੁਕਾਤਾ ਸੀ ਮੈਂ ਮਹੀਨਾ ਉੱਥੇ ਬਹੁਤ ਔਖਾ ਕੱਟਿਆ ਗਾ ਇਹਨਾਂ ਮਾਰਾ ਫਿਰ ਇਹਨਾਂ ਨੂੰ ਵੀ ਦੱਸ ਦਿਓ ਕਾਰਨ ਵੀ ਦੱਸ ਦਿਓ ਕਾਰਨ ਮੈਂ ਦੱਸਦਾ ਸੀਗਾ ਉਹਨਾਂ ਨੂੰ ਵੀ ਐਂ ਕਰਕੇ ਮੈਂ ਇੱਕ ਕਿੰਨਰ ਨਾਲ ਪਿਆਰ ਕਰਦਾ ਅਤੇ ਫਿਰ ਇੱਕ ਮੁੰਡਾ ਪਿੰਡੋਂ ਮੇਰੇ ਨਾਲ ਸੁੱਤੀ ਉਹ ਤੋਂ ਮੈਂ ਦੁਬਾਰੇ ਮੇਰੇ ਕੋਲ ਮੋਬਾਈਲ ਖੋਲ੍ਹ ਲੈਂਦੇ ਨੇ ਇਹਨਾਂ ਦਾ ਨੰਬਰ ਵੀ ਖਤਮ ਹੋ ਜਾਂਦਾ ਮੇਰੇ ਕੋਲ ਨੰਬਰ ਵੀ ਨਹੀਂ ਹੁੰਦਾ ਨਾ ਕੁਛ ਫੋਟੋ ਨਾ ਕਨੈਕਟ ਫਿਰ ਇੱਕ ਮੇਰੀ ਭੈਣ ਬਣੀ ਹੁੰਦੀ ਹੈਗੀ ਬਰਨਾਲੇ ਮੇਰੇ ਸਿਸਟਰ ਗਗਨ ਫਿਰ ਮੈਂ ਉਹ ਤੋਂ ਗਾਹਾਂ ਦੀ ਗਾਹਾਂ ਆਪਦੇ ਯਾਰ ਦੋਸਤ ਤੋਂ ਉਹਦਾ ਨੰਬਰ ਲੈ ਕੇ ਉਹ ਜਾਗਰਣ ਕਰਦੀ ਹੁੰਦੀ ਹੈਗੀ ਉਹਦਾ ਨੰਬਰ ਲੈ ਕੇ ਫਿਰ ਇਹਨਾਂ ਦਾ ਨੰਬਰ ਲੈ ਲੈਂਦਾ ਮੇਰੇ ਕੋਲ ਦੁਬਾਰੇ ਫਿਰ ਇਹਨਾਂ ਦਾ ਮਹੀਨੇ ਡੇਢ ਮਹੀਨੇ ਬਾਅਦ ਇਹਨਾਂ ਦਾ ਨੰਬਰ ਮੇਰੇ ਕੋਲ ਆ ਜਾਂਦਾ ਫਿਰ ਇਹਨਾਂ ਨੂੰ ਫੋਨ ਲਾਉਣਾ ਗਾ ਇਹ ਸਮਝ ਜਾਂਦੇ ਨੇ ਉਹਦੀ ਵੀ ਉਹਦਾ ਫੋਨ ਹੈਗਾ ਮੈਨੂੰ ਕਹਿੰਦੇ ਵੀ ਕਿੱਥੇ ਆ ਮੈਂ ਕਿਹਾ ਐਂ ਕਰਕੇ ਮੇਰੇ ਨਾਲ ਤਾਂ ਬਹੁਤ ਵੱਡੀ ਗੱਲਬਾਤ ਹੋ ਗਈ ਸੀ ਮੈਨੂੰ ਘਰਦਿਆਂ ਨੇ ਚੁਕਾਤਾ ਸੀਗਾ ਬਹੁਤ ਹਾਂ ਮੈਨੂੰ ਚੁਕਾਤਾ ਸੀਗਾ ਮੇਰੇ ਘਰਦਿਆਂ ਨੇ ਅਤੇ ਵੀ ਤੂੰ ਕਿੱਥੇ ਆ ਇਹ ਕਹਿੰਦੇ ਮੈਂ ਹੁਣ ਤੱਕ ਰਹੀ ਹਾਂ ਮੈਂ ਆਖਿਆ ਮੈਨੂੰ 1 ਅੱਧੇ ਦਿਨ 'ਚ ਤੂੰ ਮਿਲਾ ਕੇ ਫਿਰ ਇਹ ਮੈਨੂੰ ਕਹਿੰਦੇ ਕਿਸੇ ਹਿਸਾਬ ਨਾਲ ਤੂੰ ਨਿਕਲਿਆ ਇੱਥੋਂ ਅਤੇ ਬਈ ਨਿਕਲ ਕੇ ਤੂੰ ਮੇਰੇ ਕੋਲ ਆ ਜਾ ਕੇ ਰਾਂ ਫਿਰ ਚਲੋ ਮੈਂ ਦੁਬਾਰੇ ਪਟਿਆਲੇ ਸਟੇਸ਼ਨ 'ਤੇ ਇਹਨਾਂ ਨੂੰ ਫੋਨ ਕਰਦਾ ਇਹ ਗਏ ਹੁੰਦੇ ਨੇ ਪਾਸੇ ਪਾਸੇ ਚਲੋ 2 ਘੰਟਿਆਂ ਬਾਅਦ ਇਹ ਆ ਜਾਂਦੇ ਨੇ ਸਟੇਸ਼ਨ 'ਤੇ ਫਿਰ ਇਹ ਜਿਵੇਂ ਦੂਰੋਂ ਦੇਖ ਕੇ ਨਾ ਮੈਨੂੰ ਭੱਜ ਕੇ ਵੀ ਮਹੀਨੇ ਡੇਢ ਮਹੀਨੇ ਬਾਅਦ ਰਿਹਾ ਮੈਨੂੰ ਭੱਜ ਕੇ ਦੂਰੋਂ ਆ ਕੇ ਮੈਨੂੰ ਜੱਫੀ ਪਾ ਲੈਂਦੇ ਨੇ ਰੋਣ ਲੱਗ ਜਾਂਦੇ ਨੇ ਬਹੁਤ ਰੋਂਦੇ ਨੇ ਵੀ ਮੈਨੂੰ ਕਿੱਧਰ ਚੁਕਾਤਾ ਸੀਗਾ ਤੁਹਾਨੂੰ ਠੀਕ ਆ ਵੀ ਮਹੀਨਾ ਡੇਢ ਮਹੀਨਾ ਜਿਹੜਾ ਸਾਡਾ ਸਟਕਾਰਾ ਪਾਇਆ ਨਾ ਜੀ ਬਹੁਤ ਉਹ ਰਿਸ਼ਤੇਦਾਰਾਂ ਨੇ ਰਲ ਕੇ ਸਾਡਾ ਪਵਾਇਆ ਸੀਗਾ ਸਟਕਾਰਾ ਜਿਹੜਾ ਵੀ ਇੱਕ ਪਿਆਰ ਦੀ ਸਜ਼ਾ ਬਹੁਤ ਉਹਨਾਂ ਨੇ ਗਲਤ ਦਿੱਤੀ ਸੀਗੀ ਫਿਰ ਮਹੀਨੇ ਬਾਅਦ ਜ਼ਿਆਦਾ ਮੈਨੂੰ ਦੂਰੋਂ ਦੇਖ ਲੈਂਦੇ ਨੇ ਭੱਜ ਕੇ ਮੈਨੂੰ ਜੱਫੀ ਪਾ ਲੈਂਦੇ ਨੇ ਆ ਕੇ ਇਹ ਰੋਣ ਲੱਗ ਜਾਂਦੇ ਨੇ ਫਿਰ ਮੈਂ ਵੀ ਰੋਣ ਲੱਗ ਜਾਂਦਾ ਵੀ ਨਹੀਂ ਚੱਲ ਕੋਈ ਗੱਲ ਨਹੀਂ ਜਿਹੜਾ ਕੁਛ ਹੋ ਗਿਆ ਵੀ ਹੁਣ ਤੇਰੀ ਬਾਂਹ ਫੜ ਲਈ ਹੁਣ ਨਹੀਂ ਸੜਦਾ ਹੈਗਾ ਮੈਂ ਅੱਛਾ
हाँ जी फिर असी फैसला कर लेने भी हुण जे घरे लैके जाना इहनूं मैं तां भी मनदे नहीं हैगे पहला एडा कुछ करके हटे हैगे ठीक आ उधरों इन्हां दे घरदिआं दा नहीं पता सीगा भी मनण ना मनण इहदे सिस्टर सिस्टर हुंदी आ इहदी भाई हुंदा इहदा भरजाई हुंदी आगी तिन्ने हुंदे ने वह भी मनण चाहे ना मन फिर इन्हां नूं मैं कहना भी आपां इक कमरा लै लईए किराए ते रह पईए फिर जद इन्हां नूं भी मैं महीने बाद मिल दांगा मैनू चकान देने इन्हां नूं भी अंदरों मेरे होण लग जांदा भी एक मुंडा मेरी खातर की कर रहा गा भी मैं नहीं पिछे हटना गा भी ये मैनू इन्ना चाहुंदा गा ठीक है फिर असीं एक कमरा लै लैंदे आ किराए ते कमरा लैके उत्थे रहण लग जांदे आगे असीं कमरे दे विच दो महीने रहिंदे आगे ते वैसे जी असी एक अद्धा प्रोग्राम आ गया चलो रोटी पानी घर का चलाना सीगा जो अड रहन लग गए सीगे कोई साधन नहीं सीगा साडे कोले ठीक है असी 6 बजे सौ जाने कि जब ना सवेरे 6 बजे बार खड़कदा गा कमरे का अच्छा मैं सुता पिया हुंदा गा बार खड़कदा गा जब असी स्टेशन ते रहिंदे हुंदे सीगे जब गेट खड़कदा गा वह गेट खड़काउंदा हुंदा इहदी भैण जी जाके मैं सुता पिया हुंदा गा यह कुंडी खोलदी आ गेट की यदि भैन आके मैं कुटन लग जाती आप लेडीज मूहरे चलो हाथ भी नहीं चक सकते मैंने मारन लग जाती है कहें असं सू भाल फिरते इन्हों कह भी सू भाल फिरद कितने इतने बैठे हो कमरे से दोहें भी तुम ऐस लै रहे हो उरे देखो बैठ के असं सू भाल फिरद भी तुम अड रहन लग गए मैनू मार दी फिर जब फिर ना जब यदि भैन मैं मार मार दी होंगी हैगी मूहरे हो जाते हैं भी तुम नहीं ये नहीं मारना है मैं ना मूहरे हो जाने मैं कहने प्यार ना समझा लो कुट मार ना करो और मन बहुत खराब होता की हो गया असं कद सोचा भी नहीं कि साढ़े ये कुछ होगा बीत फिर ना सानू घर लै जाते हैं तिना इन्हों के घर लै जाते हैं सानू दोहां लै जाते हैं यदि भैन बैठी होंगी है जीजा बैठा होंगे यदि भरजाई बैठी होंगी है तो गल करते हैं भी तुम किराए पर बैठे से फिर मैं भी दस दिना भी असं एक दूजे को चाहते हैं ये कह दिया भी असं एक दूजे को नहीं छड़ सकते ठीक है भी असं एक दूजे को प्यार कर देंगे भी भावक हो जाते हैं देख के बहुत ज्यादा फिर मैं कहने भी तू बग जा भी इतों बग जा नहीं तेन कुट्टा मारांगे असं तू बग जा चलो मैं कह दिना भी चल कोई गल नहीं मैं बग जाना मैं जान के ना घरों बहर आ जाना इन्होंने गेटा चो चल मैं अड्डे कन्नी जब जान लग दाँगा ये मेरे पिछे ही आ जाती हैगी मैं आके पिछे की जफ्फी पाल दिया फड़ लें मैंने पिछे की आके भी तू ना जा हाँ भी मैं नहीं तो इतों बिना रह सकती फिर इन्हों इन्ना मेरे नाल हो जाता चल फिर मैं इन्हों फड़ लेना कुट के जफ्फी पा लेना भी मैं कितने नहीं जाता है मैं तो घरों बहर निकलिया भी ऐ कह के मैं जाना गा भी आप नहीं फिर असी जब दूजी यार ना उतों जिते पहला कमरा लेता हों उतों असं समान चक देंगे रात को उन्होंने किराया दे के समान चक के असी रात को ਕਿਤੇ ਹੋਰ ਸ਼ਿਫਟ ਕਰ ਲੈਣੇ ਕਮਰਾ ਕਿਤੇ ਰਾਤ ਰਾਤ ਨਾ ਕਮਰਾ ਬਦਲ ਲੈਣੇ ਕਿਸੇ ਪਤਾ ਨਹੀਂ ਲੱਗੇ ਕਮਰਾ ਚੇਂਜ ਕਰ ਲੈਣੇ ਅਸੀਂ ਕਮਰਾ ਚੇਂਜ ਕਰ ਲੈਣੇ ਆਗੇ ਅਸੀਂ ਫਿਰ ਜਦ ਕਮਰਾ ਚੇਂਜ ਕਰ ਲੈਣੇ ਆਗੇ ਫਿਰ ਉਸ ਗੱਲ ਨੂੰ 6 ਸਾਲ 5-6 ਸਾਲ ਹੋ ਜਾਂਦੇ ਨੇਗੇ ਗੱਲ ਨੂੰ ਕੁਛ ਨਹੀਂ ਸਾਡਾ ਹੁੰਦਾ ਗਾ ਫਿਰ ਅਸੀਂ ਦੁਬਾਰੇ ਜਦੋਂ ਮੈਨੂੰ ਡਰ ਹੁੰਦਾ ਵੀ ਘਰਦਿਆਂ ਦਾ ਠੀਕ ਆ ਮੈਂ ਜਾਣੋ ਹਟ ਗਿਆ ਸੀ ਘਰ ਮੈਨੂੰ ਨਾ ਪਹਿਲਾਂ ਇਹ ਕੁਛ ਹੋ ਕੇ ਹਟਿਆ ਗਾ ਕੁੱਟ ਮਾਰ ਕਰ ਆਈ ਹੈ ਮੇਰੀ ਮੈਂ ਵੀ ਡਰਦਾ ਸੀਗਾ ਅਤੇ ਫਿਰ ਇਹਨਾਂ ਨੂੰ ਮੈਂ ਆਖਿਆ ਆਪਾਂ ਕੋਈ ਮੈਰਿਜ ਕਰਾਈਏ ਵੀ ਐਂ ਨਹੀਂ ਕੰਮ ਚੱਲਣਾ ਹੈਗਾ ਕਿੰਨਾ ਕੁ ਟਾਈਮ ਆਪਾਂ ਲੁੱਕ ਕੇ ਰਹੀ ਜਾਵਾਂਗੇ ਫਿਰ ਅਸੀਂ ਪਟਿਆਲੇ ਜਾਂਦੇ ਹਾਂਗੇ ਉੱਥੇ ਫੋਟੋਆਂ ਕਰਾਉਣੇ ਆ ਜੈਮਾਲਾ ਕਰ ਦਿਆਂਗੇ ਸਾਨੂੰ ਨਾ ਸਾਲ ਹੋ ਗਿਆ ਸੀ ਰਹਿਣ ਨੂੰ ਕਰਾਏ ਤੇ ਨਾ ਫਿਰ ਅਸੀਂ ਮਨ ਬਣਾ ਲਿਆ ਕਿ ਆਪਾਂ ਹੁਣ ਮੈਰਿਜ ਨਾ ਕਰਵਾ ਲਈਏ ਕਿ ਰਿਸ਼ਤੇਦਾਰ ਆਪਣੇ ਚੰਗੇ ਨਹੀਂ ਸਮਝਦੇ ਹੁਣ ਆਪਣਾ ਕਿਹੜਾ ਕੋਈ ਸਹਾਰਾ ਹੈਗਾ ਕਿ ਤੂੰ ਮੇਰਾ ਇੰਨਾ ਧਿਆਨ ਰੱਖਦਾ ਮੈਂ ਤੇਰੇ ਧਿਆਨ ਰੱਖ ਦਿੰਦਾ ਫਿਰ ਅਸੀਂ ਨਾ ਮੈਰਿਜ ਕਰਾ ਲੈਂਦੇ ਹਾਂ ਸਾਲ ਬਾਅਦ ਹੀ ਅੱਛਾ ਹਾਂ ਫਿਰ ਸਾਲ ਬਾਅਦ ਜਦ ਮੈਰਿਜ ਕਰਾ ਲੈਂਦੇ ਹਾਂਗੇ ਅਸੀਂ ਚਲੋ ਫਿਰ ਸਾਨੂੰ ਮਾੜਾ ਸਹਾਰਾ ਹੋ ਜਾਂਦਾ ਵੀ ਨਹੀਂ ਹੁਣ ਅਸੀਂ ਮੈਰਿਜ ਕਰਾ ਲਈ ਵੀ ਹੁਣ ਠੀਕ ਆ ਫਿਰ ਗੱਲ ਵੀ ਉਸ ਸਾਲ ਨੂੰ ਨਾ 7 ਸਾਲ ਹੋ ਗਏ 6 ਸਾਲ ਸਾਡੀ ਮੈਰਿਜ ਨੂੰ ਹੋ ਗਏ ਅਤੇ 2 ਸਾਲ ਇਹ ਸਾਨੂੰ 8 ਸਾਲ ਹੋ ਗਏ ਹੁਣ ਕਿਰਾਏ 'ਤੇ ਬੈਠਿਆਂ ਨੂੰ ਹੁਣ ਜਿਹੜੇ ਪਹਿਲਾਂ ਕੁੱਟਦੇ ਮਾਰਦੇ ਸੀਗੇ ਇਹਦੀ ਭੈਣ ਜੀਜਾ ਹੁਣ ਸਾਡੇ ਨਾਲ ਵਧੀਆ ਵਰਤ ਸਾਡੇ ਨਾਲ ਵਧੀਆ ਵਰਤਣ ਲੱਗ ਗਏ ਆਉਂਦੇ ਨੇ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ 7-2 ਸਾਲ ਤਾਂ ਇਕੱਠੇ ਰਹਿੰਦੇ ਆ ਹੁਣ ਸਾਡੇ ਨਾਲ ਵਧੀਆ ਵਰਤਦੇ ਵਧੀਆ ਵਰਤਦੇ ਨੇਗੇ ਵਿਚਾਰੇ ਸਾਡੇ ਘਰ ਦੇ ਵੀ ਵਰਤਦੇ ਘਰ ਦੇ ਮੇਰੇ ਨਹੀਂ ਵਰਤਦੇ ਹੈਗੇ ਇਹਨਾਂ ਦੇ ਵਰਤਦੇ ਆ ਘਰ ਦੇ ਇਹਨਾਂ ਦੇ ਹੁਣ ਘਰ ਦੇ ਹੀ ਵਰਤਣ ਲੱਗ ਗਏ ਮੇਰੇ ਨਾਲ ਵੀ ਵਰਤਣ ਲੱਗ ਗਏ ਇਹਨਾਂ ਨਾਲ ਵੀ ਇਹਦੀ ਭੈਣ ਜੀਜਾ ਵੀ ਵਧੀਆ ਸਾਡਾ ਪ੍ਰੇਮ ਪਿਆਰ ਕਰਦੇ ਨੇ ਆਉਂਦੇ ਨੇ ਸਾਡੇ ਕੋਲ ਹੀ ਹਜੇ ਦੇਖੋ ਤੁਸੀਂ ਇਹਨਾਂ ਦੇ ਘਰੇ ਨਹੀਂ ਉੱਧਰ ਰਹਿੰਦੇ ਹੈਗੇ ਉਹ ਸਾਡੇ ਕੋਲ ਆ ਕੇ ਰਹਿੰਦੇ ਨੇ ਸਾਡਾ ਇੰਨਾ ਪਿਆਰ ਕਰਦੇ ਨੇ ਅੱਛਾ ਸਾਡੇ ਕੋਲ ਕਿਰਾਏ 'ਤੇ ਆ ਕੇ ਰਹਿੰਦੇ ਨੇ ਇਹਨਾਂ ਦੇ ਘਰ ਨਹੀਂ ਰਹਿੰਦੇ ਹੈਗੇ ਅੱਛਾ ਇਸ ਵਕਤ ਤੁਸੀਂ ਕਿਰਾਏ 'ਤੇ ਰਹਿੰਦੇ ਹਾਂ ਇਸ ਵਕਤ ਅਸੀਂ ਕਿਰਾਏ 'ਤੇ ਰਹਿੰਦੇ ਹਾਂ ਇੱਥੇ ਸਾਡੇ ਨਾਲ ਰਹਿ ਕੇ ਜਾਂਦੇ ਨੇ ਵਧੀਆ ਹੁਣ ਚੱਲ ਬੁਲਾਉਣ ਚਲਾਉਣ ਮੇਰਾ ਸ਼ਹਿਰ ਮੇਰੇ ਭਾਈ ਭਰਜਾਈ ਰਹਿੰਦੇ ਨੇ ਉੱਧਰ ਨਹੀਂ ਉਹ ਜਾਂਦੇ ਮੇਰੇ ਭੈਣ
मेनू मेरे घर ने मेरे डैडी ने मेनू ये गल भी कहती सीगी भी तू कोई गल नहीं तू रहना रही चल भी सू सड़दा नहीं है मैं भी सू मार दूंगा मैं इस टाइम भी तू सा बदनामी कराई आए भी हजे भी नहीं तू सड़दा सड़ा मैं उन्होंने कहता से भी कोई गल नहीं मार दो मारना भी मार दो कोई गल नहीं पर मारोंगे सानू कट्ठे नू मारियो कल्ले कल्ले नू ना मारियो भी लाशां दो ते कवर एक हो गए सानू मारना मार दो कोई गल नहीं एरन डैडी ना फोन करदे हुंदे सीगे कहिंदे तुसी सानू मिल गए थोड़े दो टुट्टे कर दांगे ब्याह तो पहला जां ब्याह तो बाद बदनाम हो जूगा भी सानू जे मारना कठिया मार दो अलग अलग ना करो जदों ना असीं किराए ते रहिंदे सी जदों महीना दो महीना रहिया मैनूं तां ऐं सी कि चल भग जूगा जदों महीना दो महीना रहिया मैनूं ना पता लग गया कि हुण मेरा खेड़ा छड नहीं सकदा कि मैनूं बहुत चाहन लग गया मैं भी मैनूं चाहन लग गया पहलां इहनां नूं आए हो गया सी वी महीना रह के किते कि महीना दो महीना रह के किते भग ना जावे इह फिर जद मैं महीना दो महीने तीन महीने रहा फिर इहनूं यकीन हो गया भी नहीं हुण इह किते नहीं जांदा हैगा मैनूं छड के भी हुण मेरे नाल ही रहूगा इह भी नहीं हुण नहीं जांदा हैगा फिर उस तो बाद ना की होया राय बनाई घरद ने भी चलो खेड़ा नहीं छड़ सकते साढ़े रिश्तेदार ने फोन करना भी तेनों 2 लाख रुपया दे दें तेन लख दे दें भी तेन प्लाट लैके दे दें भी तू खेड़ा छड़ दे रिश्तेदार फोन कर दे ਸਗੀਰੀ ਵਾਲੇ ਕਿ ਤਮੰਨਾ ਸੀ ਤੈਨੂੰ ਪੈਸੇ ਦੇ ਦਿੰਦੇ ਹਾਂ 2 ਲੱਖ ਲੈ ਲਾ 2.5 ਲੱਖ ਲੈ ਲਾ ਤੈਨੂੰ ਜਗ੍ਹਾ ਦਵਾ ਦਿੰਦੇ ਹਾਂ ਕਿ ਇਹਨਾਂ ਵਿਆਹ ਵਾਸਤੇ ਰਾਜ਼ੀ ਕਰ ਮੈਂ ਕਿਹਾ ਉਹ ਖੇੜਾ ਛੱਡਦਾ ਨਹੀਂ ਮੈਂ ਕਿਹਾ ਕਿਸੇ ਹੋਰ ਨਾਲ ਵੀ ਹੋਰ ਨਾਲ ਕਰਾ ਲੈ ਕੁੜੀ ਨਾਲ ਹਾਂ ਫਿਰ ਉਸ ਤੋਂ ਬਾਅਦ ਨਾ ਜਦ ਇਹਨੂੰ ਕਹਿਣ ਲੱਗ ਜਾਂਦੇ ਨੇ ਇਹ ਕੋਈ ਨਾ ਕਹੀ ਜਾਂਦੀ ਆ ਫਿਰ ਪੈਸੇ ਲੈ ਲਾ ਤੈਨੂੰ ਪਲਾਟ ਲੈ ਦਿੰਦੇ ਹਾਂ ਹੁਣ ਜੱਫੀ ਪਾ ਲੈਂਦੀ ਆ ਵੀ ਨਹੀਂ ਵੀ ਤੇਰੇ ਘਰ 'ਤੇ ਮੈਨੂੰ ਐਂ ਕਹਿੰਦੇ ਨੇ ਬਈ ਮੈਂ ਅੱਜ ਤਾਂ ਉਹਨਾਂ ਤੋਂ ਲੱਖ ਲੈ ਲੈਂਦੇ ਹਾਂ 2 ਲੱਖ ਮੈਨੂੰ ਲੈ ਕੇ ਬਿਠਾ ਦਿੰਦੇ ਨੇ ਵੀ ਫਿਰ ਮੈਂ ਪੈਸੇ ਜਦ ਮੈਂ ਆਪਦਾ ਘਰ ਵਾਲੀ ਤੇ ਉਹਨਾਂ ਨੂੰ ਦੇਤਾ ਵੀ ਮੈਂ ਆਪਦਾ ਪਿਆਰ ਹੀ ਛੱਡਤਾ ਮੈਂ ਪਿਆਰ ਥੋੜ੍ਹੀ ਵੇਚੂੰਗੀ ਪੈਸਿਆਂ ਖਾਤਰ ਵੀ ਮੈਂ ਪਲਾਟ ਕੀ ਕਰਨੇ ਆ ਮੈਂ ਪੈਸੇ ਕੀ ਕਰਨੇ ਆਗੇ ਜਦ ਮੈਂ ਆਪਣਾ ਪਿਆਰ ਹੀ ਵੇਚਤਾ ਉਹਨਾਂ ਨੂੰ ਇਹ ਮੁੜ ਕੇ ਜਵਾਬ ਦਿੰਦੇ ਆ ਵੀ ਮੈਨੂੰ ਪੈਸਾ ਨਹੀਂ ਚਾਹੀਦਾ ਮੈਨੂੰ ਕੁਛ ਨਹੀਂ ਚਾਹੀਦਾ ਮੇਰੇ ਕੋਲ ਜਿਹੜਾ ਕੁਛ ਹੈਗਾ ਮੇਰੇ ਕੋਲ ਦੌਲਤ ਸਭ ਕੁਛ ਮੇਰਾ ਤਾਂ ਇਹੀ ਆ ਫਿਰ ਉਦੋਂ ਬਾਅਦ ਮੈਂ ਵੀ ਇਹਨੂੰ ਕਹਿ ਦਿੰਦਾ ਬਸ ਹੁਣ ਅੱਜ ਤੋਂ ਬਾਅਦ ਇਹੀ ਮੇਰਾ ਮਾਂ ਇਹੀ ਪਿਓ ਆ ਇਹੀ ਮੇਰੇ ਘਰ ਵਾਲੀ ਆ ਸਾਰਾ ਕੁਛ ਇਹੀ ਹੈਗੀ ਜਦ ਦਿਲਬਰ ਨੇ ਘਰੋਂ ਲਾਂਘ ਪੱਟੀ ਸੀ ਤਾਂ ਪੱਟ ਲਈ ਹੁਣ ਪਿੱਛੇ ਮੁੜ ਕੇ ਨਹੀਂ ਦੇਖਦਾ ਹੈਗਾ ਕੀ ਬਾਤ ਹੈ ਅੱਛਾ ਤੇ ਬਾਈ ਇੱਕ ਬੜੀ ਖਾਸ ਗੱਲ ਹੁੰਦੀ ਆ ਕਿ ਤੁਸੀਂ ਬੁਢੇਪਾ ਵੀ ਆਉਣਾ ਹਾਲੇ ਤਾਂ ਤੁਹਾਡੇ 'ਤੇ ਜਵਾਨੀ ਹੈ ਹੈ ਨਾ ਬੁਢਾਪੇ ਦੇ ਵਿੱਚ ਕੋਈ ਨਾ ਕੋਈ ਸਹਾਰਾ ਤਾਂ ਚਾਹੀਦਾ ਹੁੰਦਾ ਹੈ ਨਾ ਇਹ ਇੱਕ ਕਿੰਨਰ ਨੇ ਬੱਚਾ ਪੈਦਾ ਨਹੀਂ ਕਰ ਸਕਦੇ ਹੈ ਨਾ ਫਿਰ ਅੱਗੇ ਬੱਚੇ ਦਾ ਪਲਾਨ ਕੀ ਸੋਚਿਆ ਹੈਗਾ ਤੁਸੀਂ ਵਿਆਹ ਤਾਂ ਚਲੋ ਕਰਾ ਲਿਆ ਬੱਚੇ ਦਾ ਪਲਾਨ ਇਹ ਸੋਚਦੀ ਹਾਂ ਜੀ ਮੈਂ ਜਦੋਂ ਮੈਨੂੰ ਰਿਸ਼ਤੇਦਾਰ ਦੁਨੀਆਦਾਰ ਤਾਣਾ ਦਿੰਦੇ ਨੇ ਕਿ ਤਮੰਨਾ ਤੂੰ ਜਵਾਕ ਨਹੀਂ ਪੈਦਾ ਕਰ ਸਕਦੀ ਕਿ ਤੂੰ ਅੱਗੇ ਕਿਵੇਂ ਟਾਈਮ ਲੰਘਾਏਂਗੀ ਮੈਂ ਨਾ ਹੁਣ ਮਨ 'ਚ ਸੋਚਦੀ ਹਾਂ ਆਪਣੇ ਕਿ ਮੈਂ ਨਾ ਕੁੜੀਆ ਗੋਦ ਲਾਉਂਗੀ ਗੁੜੀ ਕੁੜੀ ਹਾਂ ਕੁੜੀ ਲਾਉਂਗੀ ਗੋਦ ਕੋਈ ਬੱਚਾ ਦੇ ਦੇ ਕਿ ਅੱਗੇ ਮੇਰੇ 'ਤੇ ਬੜਾ ਪਾ ਰਿਹਾ ਜੀ ਕਿ ਮੈਂ ਜਦੋਂ ਮੈਂ ਪ੍ਰੋਗਰਾਮ ਦੌੜਾਨੀ ਹਾਂ ਘਰ ਮੈਨੂੰ ਖਾਣ ਵਾਂਗੂ ਪੈਂਦਾ ਜੀ ਇਕੱਲੀ ਤਾਂ ਘਰੇ ਜੀ ਨਹੀਂ ਲੱਗਦਾ ਜੀ ਮੇਰਾ ਮੈਂ ਚਾਹੁੰਦੀ ਹਾਂ ਕਿ ਇੱਕ ਨਾ ਮੈਨੂੰ ਜਵਾਕ ਗੋਦ ਮਿਲ ਜਾਵੇ ਜਿਹਦੇ ਮੇਰਾ ਜੀ ਲੱਗਿਆ ਰਹੇ ਜੀ ਜਵਾਕ ਨਾ ਚੱਲ ਜੀ ਲੱਗਿਆ ਰਹੂਗਾ ਮਾਂ ਮੈਨੂੰ ਵੀ ਕੋਈ ਮਾਂ ਕਵੇ ਇਹਨੂੰ ਪਿਓ ਕਵੇ ਤੈਨੂੰ ਮੈਂ ਸਾਥ ਨਹੀਂ ਛੱਡਦਾ ਕੋਈ ਗੱਲ ਨਹੀਂ ਇਹ ਜੀ ਭਾਵਕ ਹੋ ਜਾਂਦੇ ਨੇ ਫਿਰ ਇਹ ਇਹਨਾਂ ਦੀ ਮਨ 'ਚ ਇਹ ਆ ਵੀ ਉਹ ਲੋਕਾਂ ਦੇ ਚਪੇੜ ਵੱਜੇ ਮੂੰਹ 'ਤੇ ਵੀ ਜਿਹੜੇ ਕਹਿੰਦੇ ਨੇ ਜਿਹੜੇ ਮੈਨੂੰ ਤਾਨਾ ਮਾਰਦੇ ਨੇ ਚਮੰਨਾ ਤੂੰ ਕਿਹੜਾ ਜਵਾਕ ਪੈਦਾ ਕਰ ਦੇਂਗੀ ਮੈਂ ਉਹਨਾਂ ਦਾ ਮੂੰਹ 'ਤੇ ਚਪੇੜ ਮਾਰਨਾ ਚਾਹੁੰਦੀ ਹਾਂ ਕੋਈ ਮੈਨੂੰ ਕੋਈ ਜਵਾਕ ਗੋਦ ਦੇ ਦੇ ਜਿਹਨੂੰ ਮੈਂ ਪਾਲਣਾ ਉਹਦੀ ਮੈਰਿਜ ਕਰਾਂ ਜਿਹਦਾ ਮੇਰਾ ਜੀ ਲੱਗਿਆ ਰਹੇ ਜੀ ਕਿ ਅੱਗੇ ਮੇਰਾ ਟਾਈਮ ਲੰਘ ਗਿਆ ਬੜੇ ਪਾ ਰਹੇ ਸਾਰੀ ਉਮਰ ਮੈਂ ਨੱਚ ਟੁੱਪ ਕੇ ਕੱਢ ਥੋੜ੍ਹੇ ਟਾਈਮ ਕੱਢੂੰਗੀ ਹੁਣ ਦੇਖ ਲਓ ਉਮਰ ਕਿੰਨੀ ਹੋ ਗਈ 20-25 ਸਾਲ ਹੋ ਗਏ ਮੈਨੂੰ ਨੱਚਦੇ ਨੂੰ
कोई गुड़िया दिंदा होवे गोद ठीक है असीं लैण नूं तैयार हांगे असीं गुड़िया लवांगे गुड़िया ही क्यों बस गुड़िया लवांगे गुड़िया मुंडा अजकल मुंडे सानूं पता ही हैगा जो गुड़िया समझदी मुंडे ना साथ नहीं दिंदे जी कुड़िया ना मरदे तां तक पानी देणगे नाले बाप नूं नाले मां नूं इन्ना पता जी मुंडे अजकल सजदे हुंदे ने ਕੁੜੀਆਂ ਚਾਹੇ ਕੁੜੀਆਂ ਕਰਨਗੀਆਂ ਨਾ ਮੁੰਡੇ ਨੇ ਅਸੀਂ ਬੁੜੇ ਵੀ ਹੋ ਜਾਵਾਂਗੇ ਫਿਰ ਵੀ ਕੁੜੀ ਪਾਣੀ ਪੁੱਛੂਗੀ ਸਾਨੂੰ ਉਹਦਾ ਕਰਕੇ ਅਸੀਂ ਤਾਂ ਕਰਕੇ ਗੁੜੀਆ ਲਵਾਂਗੇ ਠੀਕ ਆ ਪਾਲ ਪਲੋਸਣ ਕਰਾਂਗੇ ਵਿਆਹ ਕਰਾਂਗੇ ਉਹਦਾ ਠੀਕ ਆ ਸਾਡੀ ਜ਼ਿੰਦਗੀ ਚੱਲ ਉਹਦੇ ਸਿਰ 'ਤੇ ਲੰਘ ਜੂਗੀ ਵਧੀਆ ਇਹ ਵੀ ਜਦ ਘਰੇ ਆਉਂਦੇ ਨੇ ਭਾਵਕ ਹੋ ਜਾਂਦੇ ਨੇ ਵੀ ਘਰੇ ਕੋਈ ਦਿੰਦਾ ਨਹੀਂ ਬੱਚਾ ਵੀ ਮੈਨੂੰ ਵੀ ਕੋਈ ਡੈਡੀ ਕਹਿਣ ਵਾਲਾ ਹੋਵੇ ਇਹਨੂੰ ਮੰਮੀ ਕਹਿਣ ਵਾਲਾ ਹੋਵੇ ਅਸੀਂ ਐਂ ਸਮਝਦੇ ਹਾਂਗੇ ਹੁਣ ਸਾਨੂੰ 7-8 ਸਾਲ ਹੋ ਗਏ ਕਿਰਾਏ 'ਤੇ ਬੈਠੇ ਹਾਂ ਨਾ ਸਾਡੇ ਕੋਲ ਕੋਈ ਸਾਧਨ ਆਗਾ ਠੀਕ ਆ ਮੈਂ ਕੰਮ ਕਾਰ ਵੀ ਨਹੀਂ ਕਰ ਸਕਦਾ ਕੋਈ ਪਹਿਲਾਂ ਮੈਂ ਕੰਮ ਕਰਨ ਲੱਗ ਗਿਆ ਸੀਗਾ ਹੁਣ ਮੈਂ ਕਿਤੇ ਪ੍ਰੋਗਰਾਮ 'ਤੇ ਹੀ ਭੱਗ ਜਾਂਦਾ ਜਾਂ ਮੇਰੇ ਸਿਰ ਦੇ ਵਿੱਚ ਥੋੜ੍ਹਾ ਜਿਹਾ ਕਮਜ਼ੋਰੀ ਪੈ ਗਈ ਮੈਨੂੰ ਦੌਰਾ ਪੈ ਜਾਂਦਾ ਮੈਂ ਸਾਲ ਬਾਅਦ ਨਾ ਜਦੋਂ ਮੈਂ ਕਿਤੇ ਕੰਮ 'ਤੇ ਕਰ ਭੱਗ ਜਾਂ ਕਿਤੇ ਜ਼ੋਰ ਵਾਲਾ ਕੰਮ ਹੋ ਜਾਂਦਾ ਫਿਰ ਮੈਂ ਗਿਰ ਜਾਂਦਾ ਗਾ ਜੀ ਇਹਨਾਂ ਵਾਲਾ ਕੱਠ ਨਹੀਂ ਝੱਲ ਸਕਦਾ ਜੀ ਨਸਾਂ ਕਮਜ਼ੋਰ ਹੋ ਗਿਆ ਜਿਵੇਂ ਕੋਈ ਮੇਲਾ ਹੋਵੇ ਕੱਠ ਨਹੀਂ ਝੱਲ ਸਕਦਾ ਇਹਨਾਂ ਦੌਰਾ ਪੈ ਜਾਂਦਾ ਘਬਰਾਹਟ ਹੋਣ ਲੱਗ ਜਾਂਦਾ ਇਹਨੇ 3 ਵਾਰ ਦੌਰਾ ਪੈ ਚੁੱਕਿਆ ਜੀ ਸਾਲ ਬਾਅਦ ਨਾ ਮੈਂ ਕੋਈ ਕੰਮ ਕਰ ਸਕਦਾ ਗਾ ਫਿਰ ਸਾਡੇ ਕੋਲ ਬਸ ਆਹੀ ਖਾਣ ਦਾ ਸਾਧਨ ਆ ਕੋਈ ਪ੍ਰੋਗਰਾਮ ਆ ਜਾਂਦੇ ਨੇ ਸਾਡੇ ਕੋਲ ਚਲੋ ਉਹਨਾਂ ਕਾਜ਼ਾ ਲੈ ਆਉਂਦੇ ਹਾਂ ਖਾਈ ਪੀ ਜਾਂਦੇ ਹਾਂਗੇ ਠੀਕ ਆ ਸੋਚਦੇ ਹਾਂ ਵੀ ਕੋਈ ਗੱਲ ਨਹੀਂ ਕੋਈ ਰੱਬ ਦੀ ਕਿਰਪਾ ਨਾਲ ਅੱਲਾ ਦੀ ਕਿਰਪਾ ਨਾਲ ਠੀਕ ਆ ਕੋਈ ਰੱਬ ਦਾ ਬੰਦਾ ਆਊਗਾ ਸਾਨੂੰ ਇੱਥੋਂ ਬਾਹਰ ਕੱਢੂਗਾ ਕੋਈ ਕਮਰਾ ਪਾ ਕੇ ਦੇਊਗਾ ਸਾਨੂੰ ਕੋਈ ਮਕਾਨ ਕੋਈ ਪਾ ਕੇ ਦੇਊਗਾ ਕੋਈ ਬੰਦਾ ਚੱਲ ਕੋਈ ਹੈਲਪ ਕਰ ਦਿੰਦਾ ਜੀ ਹੈਲਪ ਕਰ ਦੂਗਾ ਠੀਕ ਆ ਅਸੀਂ ਫਿਰ ਉਦੋਂ ਬਾਅਦ ਗੁੜੀਆ ਆਪਦੀ ਲੈ ਕੇ ਕਿਤੇ ਆਪਦੀ ਵਧੀਆ ਜ਼ਿੰਦਗੀ ਜੀਏ ਅਸੀਂ ਇਹ ਸੋਚਦੇ ਹਾਂ ਸਾਡੀ ਸੋਚ ਇਹ ਆ ਗਈ ਅੱਛਾ ਵੀਰੇ ਇੱਕ ਸਵਾਲ ਮੇਰਾ ਕਿ ਲੱਗਦਾ ਨਹੀਂ ਕਿ ਜੇ ਕਿਸੇ ਕੁੜੀ ਨੂੰ ਚੁਣਿਆ ਹੁੰਦਾ ਜਿਵੇਂ ਤੁਹਾਡੇ ਘਰਦਿਆਂ ਦੀ ਮਰਜ਼ੀ ਦੇ ਨਾਲ ਕੁਛ ਕੀਤਾ ਹੁੰਦਾ ਤਾਂ ਇੰਨੀਆਂ ਦੁੱਖ ਮੁਸੀਬਤਾਂ ਰੁਕਾਵਟਾਂ ਇੰਨੀਆਂ ਨਾ ਆਉਂਦੀਆਂ ਜ਼ਿੰਦਗੀ ਦੇ ਵਿੱਚ ਹਾਂ ਲੱਗਦਾ ਤਾਂ ਹੈਗਾ ਪਰ ਇੱਕ ਗੱਲ ਇਹ ਵੀ ਆ ਜੇ ਕਿਸੇ ਮੇਰੇ ਘਰਦਿਆਂ ਨੇ ਕੁੜੀ ਨੂੰ ਚੁਣਿਆ ਹੁੰਦਾ ਜਾਂ ਲੇਡੀਜ਼ ਨੂੰ ਕਿਸੇ ਨੂੰ ਚੁਣਿਆ ਹੁੰਦਾ ਮੈਂ ਉਹਦੇ ਨਾਲ ਇੰਨਾ ਖੁਸ਼ ਨਹੀਂ ਰਹਿਣਾ ਚਾਹੁੰਦਾ ਸੀਗਾ ਜਿੰਨਾ ਮੈਂ ਅੱਜ ਇਹਦੇ ਨਾਲ ਖੁਸ਼ ਹਾਂ ਨਾ ਮੈਂ ਉਹਨਾਂ ਨਾਲ ਖੁਸ਼ ਨਹੀਂ ਰਹਿਣਾ ਸੀਗਾ ਜਿੰਨਾ ਅੱਜ ਮੈਂ ਇਹਨਾਂ ਨਾਲ ਖੁਸ਼ ਹਾਂ ਜੇ ਮੇਰਾ ਵਿਆਹ ਹੋ ਗਿਆ ਹੁੰਦਾ ਮੈਂ ਉਹਨਾਂ ਨਾਲ ਖੁਸ਼ ਨਹੀਂ ਰਹਿ ਪਾਉਣਾ ਸੀਗਾ ਜਿੰਨਾ ਅੱਜ ਇਹਨਾਂ ਨਾਲ ਮੈਂ ਖੁਸ਼ ਹਾਂ ਸਾਡੇ ਦਿਲ ਦੇ ਵਿੱਚ ਥਾਂ ਬਣਾ ਲਈ ਇਹਨਾਂ ਨੇ ਵੀ ਮੇਰੇ ਦਿਲ 'ਚ ਬਣਾ ਲਈ ਮੈਂ ਵੀ ਇਹਨਾਂ ਦੇ ਦਿਲ ਦੇ ਵਿੱਚ ਥਾਂ ਬਣਾ ਕਦੇ ਉਹ ਚੀਜ਼ ਦੇਖੀ ਨਹੀਂ ਹੈਗੀ ਕਿ ਇਹ ਇੱਕ ਕਿੰਨਰ ਨੇ ਜਾਂ ਇਹ ਮੁੰਡਾ ਨੇ ਕਿ ਇਹ ਕੁੜੀ ਨੇ ਜਾਂ ਕੁੜੀ ਨੇ ਇਹ ਇੱਕ ਮੁੰਡਾ ਨੇ ਹਨਾ ਵੀ ਉਹ ਕਦੇ ਤੁਹਾਡੇ 'ਚ ਜਿਸਮ ਵਾਲੀ ਗੱਲ ਆਈ ਉਹ ਨਹੀਂ ਬਾਈ ਨਹੀਂ ਸਾਡੇ ਭਰਜਾਈਆਂ ਮੇਰੀਆਂ ਕਹਿੰਦੇ ਨੇ ਕਹਿੰਦੀਆਂ ਸੀਗੀਆਂ ਵੀ ਤੈਨੂੰ ਕੁੜੀਆਂ ਮੁੱਕ ਗਈਆਂ ਬਹੁਤ ਤਾਨੇ ਮਿਹਣੇ ਪਿੰਡ 'ਚੋਂ ਮਾਰਨੇ ਮੈਨੂੰ ਘਰਦਿਆਂ ਨੇ ਠੀਕ ਆ ਪਿੰਡ 'ਚੋਂ ਯਾਰ ਦੋਸਤ ਮਾਰਦੇ ਤਾਨੇ ਮਿਹਣੇ ਮਜ਼ਾਕ ਵੀ ਕਰਦੇ ਸੀ ਯਾਰ ਦੋਸਤ ਕਿਹੜੇ ਰਾਹ ਪੈ ਗਿਆ ਤੂੰ ਹਾਂ ਵੀ ਕਿਹੜੇ ਰਾਹ ਪੈ ਗਿਆ ਤੈਨੂੰ ਕੁੜੀਆਂ ਦਾ ਘਾਟਾ ਸੀਗਾ ਇੱਕ ਆਉਂਦੀ ਇੱਕ ਜਾਂਦੀ ਸੀਗੀ ਵੀ ਤੂੰ ਇਹ ਕੀ ਹੋ ਗਿਆ ਪਰ ਸਾਨੂੰ ਜਿਸਮਾਂ ਦਾ ਪਿਆਰ ਨਹੀਂ ਗਾ ਸਾਡਾ ਉਹ ਰੂਹ ਨਾਲ ਪਿਆਰ ਹੈਗਾ ਸਾਡਾ ਰੱਬ ਨੇ ਮਿਲਾਇਆ ਪਿਆਰ ਸਾਨੂੰ ਜਿਸਮਾਂ ਦਾ ਮੈਨੂੰ ਕੋਈ ਇਹਦਾ ਰੱਬ ਰਿਸ਼ਤੇ ਕਰਦਾ ਜੀ ਠੀਕ ਆ ਇਹਨਾਂ ਦਿਲ ਮੇਰਾ ਮਿਲ ਗਿਆ ਨਾ ਮੇਰਾ ਮਿਲ ਗਿਆ ਇਹਦਾ ਰੱਬ ਨੇ ਸਾਨੂੰ ਇਕੱਠਾ ਕੀਤਾ ਜੀ ਜਿੰਨਾ ਇਹਦੇ ਨਾਲ ਮੈਂ ਖੁਸ਼ ਹਾਂ ਮੈਂ ਜ਼ਿੰਦਗੀ 'ਚ ਹੋਰ ਕਿਸੇ ਨਾਲ ਮੈਂ ਖੁਸ਼ ਨਹੀਂ ਰਹਿ ਸਕਦਾ ਸੀਗਾ ਠੀਕ ਆ ਮੈਨੂੰ ਹੋਰ ਕਿਸੇ ਦੀ ਲੋੜ ਨਹੀਂ ਹੈਗੀ ਨਾ ਮੈਨੂੰ ਕਿਸੇ ਲੇਡੀਜ਼ ਦੀ ਲੋੜ ਆ ਠੀਕ ਆ ਉਹ ਆਪਦੇ ਘਰੇ ਰਾਜ਼ੀ ਹਾਂ ਅਸੀਂ ਆਪਣੇ ਆਪਦੇ ਘਰੇ ਰਾਜ਼ੀ ਹਾਂਗੇ ਪਰਮਾਤਮਾ ਦੀ ਕਿਰਪਾ ਨਾਲ ਸਾਡੀ ਜੋੜੀ ਬਣਾਈ ਹੈਗੀ ਰੱਬਾਂ ਹੀ ਬਣਾਈ ਰੱਖੇ ਸਾਡੀ ਜੋੜੀ ਅੱਛਾ ਕਦੇ ਤੁਹਾਨੂੰ ਰੱਬ 'ਤੇ ਗਲਾ ਸ਼ਿਕਵਾ ਹੁੰਦਾ ਕਿ ਰੱਬ ਨੇ ਸਾਨੂੰ ਅਧੂਰੇ ਪੈਦਾ ਕੀਤਾ ਹੈ ਨਾ ਤਾਂ ਅਸੀਂ ਪੂਰੀ ਗਿਣਤੀ ਮੁੰਡਿਆਂ 'ਚ ਹੀ ਆਉਂਦੇ ਹਾਂ ਅਤੇ ਨਾ ਸਾਡਾ ਪੂਰਾ ਜਿਸਮ ਕੁੜੀਆਂ ਦੀ ਗਿਣਤੀ 'ਚ ਹੀ ਆਉਂਦਾ ਹੈ ਨਾ ਅਸੀਂ ਵਿੱਚ ਵਿਚਾਲੇ ਹਾਂ ਕਦੇ ਉਹ ਰੱਬ ਨਾਲ ਗਲੇ ਸ਼ਿਕਵੇ ਹੁੰਦੇ ਆ ਕਿ ਸ਼ਾਇਦ ਜੇ ਮੈਨੂੰ ਵੀ ਕੁੜੀ ਬਣਾਇਆ ਹੁੰਦਾ ਮੈਂ ਵੀ ਇੱਕ ਆਪਣਾ ਬੱਚਾ ਪੈਦਾ ਕਰ ਸਕਦੀ ਜਾਂ ਮੈਂ ਵੀ ਇੱਕ ਆਪਣੇ ਬੱਚੇ ਨੂੰ ਸੰਭਾਲ ਸਕਦੀ ਮੈਨੂੰ ਵੀ ਕੋਈ ਮਾਂ ਕਹਿਣ ਵਾਲਾ ਹੁੰਦਾ ਹਾਂ ਗਿਲਾ ਸ਼ਿਕਵਾ ਤਾਂ ਹੈਗਾ ਜੇ ਪਰਮਾਤਮਾ ਨਾਮੇ ਬਾਕੀ ਦੁਨੀਆਦਾਰ ਨਾਮੇ ਕਿ ਜੇ ਮੈਂ ਕਿਤੇ ਮੈਂ ਜਾਣੀ ਹਾਂ ਲੋਕ ਸਾਨੂੰ ਕੀ ਕਹਿੰਦੇ ਆ ਕਿ ਇਹ ਤਾਂ ਕਿੰਨਰ ਆ ਤਾਂ ਮਹੰਤਾ ਹੈ ਬਾਬਾ ਜੀ ਨੇ ਬਥੇਰਾ ਕੁਛ ਕਹਿੰਦੇ ਨੇ ਜੀ ਮੈਂ ਤਾਂ ਰੱਬ ਨੂੰ ਦੁਆ ਹੀ ਕਰਦੀ ਹਾਂ ਕਿ ਮੈਨੂੰ ਅਗਲੇ ਜਨ 'ਚ ਕੁੜੀਆਂ ਬਣਾ ਦੀ ਜਾ ਤਾਂ ਪੂਰੀ ਕਿ ਅੱਧ ਵਿਚਾਲ ਨਾ ਬਣਾਵੇ ਕਿ ਜਦੋਂ ਮੈਨੂੰ ਲੋਕ ਕਹਿੰਦੇ ਨੇ ਮਨ ਬਹੁਤ ਦੁਖੀ ਹੁੰਦਾ ਕਿ ਕਦੇ ਕਿੰਨਰ ਕਹਿ ਦਿੰਦੇ ਕਦੇ ਮਹੰਤ ਕਹਿੰਦੇ ਕਦੇ ਬਾਕ ਪਤਾ ਕੀ ਕਹਿੰਦੇ ਨੇ ਉਹ ਨਾ ਮੈਂ ਲਫ਼ਜ਼ ਸੁਣ ਨਹੀਂ ਸਕਦੀ ਜਿਹੜਾ ਕੁਛ ਕਹਿੰਦੇ ਨੇ ਦੁਨੀਆਦਾਰ ਮੈਨੂੰ ਪਬਲਿਕ ਵਾਲੇ ਜਦੋਂ ਕਹਿੰਦੇ ਨੇ ਦਿਲ ਤੇ ਮੈਨੂੰ ਪਤਾ ਜੇ ਮੇਰੇ ਤੇ ਕੀ ਬੀਤੇ ਤੇ ਮੇਰੇ ਰੱਬ ਨੂੰ ਪਤਾ ਜੇ ਅੱਜ ਕੱਲ੍ਹ ਸੁਣਨਾ ਬੜਾ ਔਖਾ ਜੇ ਕਹਿਣਾ ਤਾਂ ਬੰਦਾ ਇੱਕ ਮਿੰਟ 'ਚ ਕਹਿ ਦਿੰਦਾ ਇਹ ਕੁਛ ਫਿਰ ਇਹਨਾਂ ਨੂੰ ਮੈਂ ਸਮਝਾ ਦਿੰਦਾ ਜਿਹਦੇ ਹੋ ਜਾਂਦੇ ਨੇ ਫਿਰ ਮੈਂ ਇਹਨਾਂ ਨੂੰ ਕਹਿ ਦਿੰਦਾ ਪੰਜੇ ਉਂਗਲਾਂ ਇੱਕ ਸਾਰ ਤਾਂ ਨਹੀਂ ਹੁੰਦੀਆਂ ਗੀਆਂ ਚਲੋ ਕਹੀ ਜਾਣਦੇ ਲੋਕਾਂ ਦਾ ਕਿਹੜਾ ਮੂੰਹ ਫੜਦੇ ਕੁੱਤੇ ਭੌਂਕਦੇ ਆ ਭੌਂਕੀ ਜਾਣਦੇ ਬਈ ਜੇ ਕੋਈ ਗਲਤ ਕਹਿੰਦੇ ਨੇ ਆਪਣੇ ਕਿੰਨਰ ਸਮਾਜ ਨੂੰ ਕੋਈ ਗਲਤ ਕਹਿੰਦਾ ਗਾ ਵਿੱਚ ਸਹੀ ਕਹਿਣ ਵਾਲੇ ਵੀ ਹੈਗੇ ਨੇ ਸਾਡਾ ਗਲੀ ਗਵਾਂਢ ਹੈਗਾ ਠੀਕ ਆ ਉਨਾ ਕਿਸੇ ਮਾੜੇ ਹਲਵਾਈ ਦੇ ਨਹੀਂ ਸਮਾਨ ਹੋਣਾ ਗਾ ਜਿੰਨਾ ਸਾਡਾ ਲੋਹੜੀ ਦਿਵਾਲੀ ਨੂੰ ਸਾਡੇ ਘਰੇ ਆ ਜਾਂਦਾ ਗਾ ਘਰੇ ਦੇ ਕੇ ਜਾਂਦੇ ਨੇ ਸਾਡੇ ਮਠਿਆਈ ਵਗੈਰਾ ਹੋਰ
ਵਧੀਆ ਸਾਡੇ ਗਲੀ ਗਵਾਂਢ ਚਲੋ ਇੱਜ਼ਤ ਕਰਦਾ ਗਾ ਧੀਆਂ ਵਾਂਗੂ ਸਮਝਦਾ ਵਿੱਚ ਗਲਤ ਲੋਕ ਵੀ ਹੁੰਦੇ ਨੇ ਜੋ ਇਹਨਾਂ ਨੂੰ ਸਮਾਜ ਨਹੀਂ ਸਮਝਦਾ ਹੈਗਾ ਕੋਈ ਕੁਛ ਬੋਲਦਾ ਕੋਈ ਕੁਛ ਬੋਲਦਾ ਫਿਰ ਇਹਨਾਂ ਨੂੰ ਮੈਂ ਸਮਝਾ ਦਿੰਦਾ ਵੀ ਕੋਈ ਗੱਲ ਨਹੀਂ ਜਿਹੜਾ ਬੋਲਦਾ ਬੋਲੀ ਜਾਣਦੇ ਵੀ ਤੇਰਾ ਬੰਦਾ ਤੇਰੇ ਨਾਲ ਹੈਗਾ ਵੀ ਬੋਲੀ ਜਾਣਦੇ ਜਿਹੜਾ ਕੁਛ ਬੋਲਦਾ ਕੋਈ ਮੈਂ ਹੈਗਾ ਯਾਰ ਕੀ ਬਾਤ ਹੈ ਅੱਛਾ ਬਾਈ ਜਾਂਦੇ ਜਾਂਦੇ ਕੋਈ ਆਪਣਾ ਨੰਬਰ ਬੋਲਦੇ ਜਿਹਦੇ ਰਾਹੀਂ ਲੋਕ ਥੋੜ੍ਹੀ ਮਦਦ ਕਰ ਸਕਣ ਜੇ ਕੋਈ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਤਾਂ ਉਹ ਵੀ ਕਰ ਸਕੇ ਹੈ ਨਾ ਹਾਂ ਜੇ ਜਨਤਕ ਕਰਨਾ ਚਾਹੁੰਦੇ ਤਾਂ ਨਹੀਂ ਤਾਂ ਕੋਈ ਨੰਬਰ ਬੋਲ ਦਿੰਦੇ ਹਾਂ 7582 2338 ਦੁਬਾਰੇ ਬੋਲ ਦੇਖੋ 7582 2338 ਇਹ ਸਾਡਾ ਨੰਬਰ ਆ ਕੋਈ ਵੀ ਮੇਰਾ ਵੀਰ ਭਰਾ ਦੂਰ ਨੇੜੇ ਬੈਠਣ ਵਾਲੇ ਦੇਖਣ ਵਾਲਿਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਕਿਸੇ ਨੇ ਕੋਈ ਪ੍ਰੋਗਰਾਮ ਬੁੱਕ ਕਰਾਉਣਾ ਕਰਾ ਸਕਦੇ ਆ ਸਕਦੇ ਆ ਤੇ ਜਾਗੋ ਕੋਈ ਵਿਆਹ ਸ਼ਾਦੀ ਕੋਈ ਧਾਰਮਿਕ ਕੰਮ ਕਰਾਉਣਾ ਹੋਵੇ ਕਿਰਾਏ ਤੋਂ ਕੋਈ ਸਾਨੂੰ ਉਹ ਕਰੇ ਸਾਨੂੰ 8 ਸਾਲ ਹੋ ਗਏ ਕਿਰਾਏ ਤੇ ਕਿਸੇ ਨੇ ਸਾਡੀ ਹੈਲਪ ਕਰਨੀ ਹੋ ਹੈਲਪ ਕਰੇ ਜੀ ਕੋਈ ਸਾਡੀ ਹੈਲਪ ਕਰਦੇ ਠੀਕ ਆ ਬੈਂ ਤੇ ਕਰਦੇ ਕੋਈ ਨਾ ਗੁੜੀਆ ਦੇ ਦੇ ਗੋਦ ਕਿ ਜਿਹਨੇ ਮੇਰਾ ਜੀਣ ਲੱਗ ਰਿਹਾ ਪ੍ਰੋਗਰਾਮ ਤੋਂ ਘਰੇ ਆਉਂਦੀ ਹਾਂ ਘਰ ਨਾਲ ਮੈਨੂੰ ਖਾਣ ਵਾਂਗੂ ਪੈਂਦੇ ਇਕੱਲੀ ਦਾ ਘਰੇ ਜੀਣ ਲੱਗਦਾ ਬਸ ਕੋਈ ਗੁੜੀਆ ਗੋਦ ਮਿਲ ਜਾਏ ਜਾਂ ਕੁੜੀ ਗੋਦ ਮਿਲ ਜਾਏ ਜਿਹਨਾਂ ਮੇਰਾ ਜੀ ਲੱਗਿਆ ਰਵੇ ਇਹਨਾਂ ਦੀ ਉਮਰ ਹੁਣ 40 ਸਾਲ ਦੀ ਉਮਰ ਹੋ ਗਈ ਅੱਛਾ ਤੁਸੀਂ ਇਹ ਗੱਲ ਵੀ ਦੱਸ ਦਿਓ ਕਿ ਮੇਰੀ ਉਮਰ ਤਾਂ 28 ਸਾਲ ਦੀ ਹੈ ਇਹ 40-42 ਸਾਲ ਦੇ ਨੇ ਹਾਂ 40-42 ਸਾਲ ਦੀ ਉਮਰ ਹੋ ਗਈ ਇਹਨਾਂ ਦੀ ਠੀਕ ਆ ਇਸ ਕਰਕੇ ਦੂਰ ਨੇੜੇ ਬੈਠੇ ਮੇਰੇ ਵੀਰਾਂ ਨੂੰ ਪੰਜਾਬੀਆਂ ਨੂੰ ਸਾਰਿਆਂ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਠੀਕ ਆ ਵੀ ਸਾਨੂੰ ਕਿਰਾਏ ਤੋਂ ਕੋਈ ਜੇ ਹੈਗਾ ਕੋਈ ਰੱਬ ਦਾ ਬੰਦਾ ਹੁੰਦਾ ਗਾ ਇਹੋ ਜਿਹਾ ਬਾਬੇ ਨਾਨਕ ਦੀ ਕਿਰਪਾ ਨਾ ਆਊਗਾ ਵੀ ਸਾਨੂੰ ਕਿਰਾਏ ਤੋਂ ਕੋਈ ਬਾਹਰ ਕੱਢ ਦੇ ਸਾਨੂੰ ਕੋਈ ਮਕਾਨ ਪਾ ਕੇ ਦੇ ਦੇ ਇੱਕ ਚਾਹੇ ਕਮਰਾ ਪਾ ਕੇ ਦੇ ਦੇ ਬਈ ਬੰਦੇ ਦਾ ਕੋਈ ਪਤਾ ਨਹੀਂ ਹੁੰਦਾ ਗਾ ਜ਼ਿੰਦਗੀ ਦਾ ਮੈਂ ਸੋਚਦਾ ਵੀ ਕੱਲ੍ਹ ਨੂੰ ਮੈਨੂੰ ਕੋਈ ਗੱਲਬਾਤ ਹੁੰਦੀ ਆ ਰੱਬ ਨਾ ਕਰੇ ਮੈਨੂੰ ਕੁਛ ਹੋ ਗਿਆ ਠੀਕ ਆ ਵੀ ਇਹ ਕਿੱਧਰ ਜਾਣਗੇ ਹੁਣ ਕਿੱਥੇ ਜਾਣਗੇ ਭਟਕਦੇ ਫਿਰ ਮੇਰੇ ਘਰ ਕੋਈ ਪੱਕਾ ਕੰਮ ਨਹੀਂ ਪ੍ਰੋਗਰਾਮ ਆਇਆ ਤਾਂ ਲਾ ਲਿਆ ਕੋਈ ਸਾਡਾ ਮਕਾਨ ਹੋਊਗਾ ਠੀਕ ਆ ਮੇਥੋਂ ਬਾਅਦ ਇਹ ਬੈਠੇ ਤਾਂ ਰਹਿਣਗੇ ਆਪਦੇ ਮਕਾਨ ਦੇ ਵਿੱਚ ਆਪਦੇ ਘਰ 'ਚ ਤਾਂ ਬੈਠੇ ਰਹਿਣਗੇ ਨਹੀਂ ਮੇਥੋਂ ਬਾਅਦ ਕਿੱਧਰ ਜਾਣਗੇ ਇਹ ਮੇਰੇ ਮਨ 'ਚ ਵਿੱਚ ਇਹ ਗੱਲ ਆ ਗਈ ਠੀਕ ਆ ਬਈ ਕੋਈ ਹੋਵੇ ਇਹਨਾਂ ਨੂੰ ਚਲੋ ਅਸੀਂ ਆਪਦਾ ਘਰ ਪਾਲੀਏ ਸਾਡੀ ਜ਼ਿੰਦਗੀ ਸੌਖੀ ਹੋ ਜੂਗੀ ਸਾਡੇ ਕੋਲ ਇੱਕ ਗੁੜੀਆ ਖੇਡਦੀ ਹੋਵੇ ਘਰੇ ਸਾਨੂੰ ਮਾਂ ਬਾਪ ਕਹੇ ਅਸੀਂ ਇਹੀ ਦਰਸ਼ਕਾਂ ਤੋਂ ਚਾਹੁੰਦੇ ਹਾਂਗੇ ਬਾਈ ਬਹੁਤ ਸ਼ੁਕਰੀਆ ਬਹੁਤ ਸਮਾਂ ਦਿੱਤਾ ਤੁਸੀਂ ਬਹੁਤ ਜਲਦੀਆਂ ਵਲਵਲੇ ਮੇ ਸੀ ਜਿਹੜੇ ਅੰਦਰ ਇਕੱਠੇ ਹੋਏ ਹੈ ਨਾ ਉਹ ਸਾਰੇ ਸਾਡੇ ਨਾਲ ਕੱਢੇ ਅਤੇ ਬਹੁਤ ਸ਼ੁਕਰੀਆ ਬਾਈ ਬਹੁਤ ਮਿਹਰਬਾਨੀ ਅਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਉ ਤਾਂ ਕਿ ਇਹਨਾਂ ਦੀ ਆਵਾਜ਼ ਦੇਸ਼ ਦੁਨੀਆ ਤੱਕ ਪਹੁੰਚ ਸਕੇ ਹੈ ਨਾ ਇਹਨਾਂ ਦੀ ਇੱਕ ਵੱਖਰੀ ਕਹਾਣੀ ਦਿਖਾਉਣੀ ਚਾਹੀਦੀ ਜੋ ਕਿੰਨਰ ਸਮਾਜ ਹੈਗਾ ਤੁਸੀਂ ਉਹਨਾਂ ਨੂੰ ਸਾਰਿਆਂ ਨੂੰ ਕਹਿ ਰਹੇ ਹਾਂ ਵੀ ਗਲਤ ਨਾ ਬੋਲਿਆ ਕਰੋ ਠੀਕ ਆ ਵੀ ਵਧੀਆ ਨੇਚਰ ਨਾਲ ਦੇਖਿਆ ਕਰੋ ਠੀਕ ਆ ਇਹੀ ਦੁਆ ਕਰ ਦਿਆਂਗੇ ਸਾਰੇ ਮੇਰੇ ਵੀਰ ਰਾਜੀ ਰਹਿਣ ਬਹੁਤ ਬਹੁਤ ਸ਼ੁਕਰੀਆ ਇੰਟਰਵਿਊ ਚੰਗੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਘੰਟ ਪੰਜਾਬੀ